Thank you.
Thank you.
Thank you.
Yeah.
ਸਮੁੱਚਾ ਸਮਾਜ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਭਾਰਤ ਦੇਸ਼ ਦੀ ਤਰੱਕੀ ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓਮਕਾਰ ਧਰਮ ਦੀ ਕਿਰਤ ਕਰਨੀ ਹੈ,
ਪਰਮਾਤਮਾ ਦਾ ਨਾਮ ਜਪਣਾ ਤੇ ਮੰਨ ਕੇ ਛੱਡਣਾ। ਅੱਗੇ ਇਸ ਲੜੀ ਵਿੱਚ ਪੂਜਾ ਆਕਾਰ ਨਹੀਂ ਕਰਦਾ। ਇੱਕ ਕਾਲਪੁਰਖ ਤੋਂ ਬਿਨਾਂ ਕਿਸੇ ਕਬਰ ਮੜੀ ਨੁਕਸਾਨ ਦੇ ਫੇਰਾ ਦੇਹਤਾ ਨਹੀਂ ਪੂਜਾ ਨਹੀਂ ਕਰਦਾ, ਨਾ ਕਿਸੇ ਨੂੰ ਮਾੜਾ ਕਰ। ਕੋਈ ਧਾਗਾ ਦਲੀ, ਕੋਈ ਜੰਤਰ ਮੰਤਰ, ਕੋਈ ਲੱਕੜੀ, ਕੋਈ
ਸਪੇਸ਼ਲ ਆਪਰੇਟਰ ਤੋਂ ਅੰਦਰ ਬੈਠਣ ਦਾ ਸਾਨੂੰ ਕਾਫੀ ਉਹ ਵੀ ਠੀਕ ਲੱਗਦਾ ਤੇ ਬਾਹਰ ਦੀ ਸਾਊਂਡ ਕਿੱਦਾਂ ਦੀ ਲੋਕ ਜ਼ਿਆਦਾ ਸਾਊਂਡ ਤੇ ਖੜੇ ਤੇ ਤਕਰੀਬਨ ਇੱਥੇ ਇੱਕ ਤਰ੍ਹਾਂ ਥੋੜ੍ਹਾ ਪਿੰਡ ਦਾ ਤੰਗ ਜਿਹਾ ਹਿੱਸਾ ਹੈ। ਦੂਸਰਾ ਇਹ ਹੈ ਵੀ ਮੈਂ ਪਹਿਲਾ ਸਮਾਗਮ ਸ਼ਾਇਦ ਇੱਥੇ ਦਾ ਹੋਇਆ ਇਹ ਤੋਂ ਪਹਿਲਾਂ ਸਮਾਗਮ ਨਹੀਂ ਹੋਇਆ ਜਿੱਥੇ ਵੱਲੋਂ ਉਦਮ ਦਾਸ ਇੱਥੇ ਹਾਜ਼ਰੀ ਭਰ ਕੇ ਗਏ ਨੇ ਤੁਹਾਡੀ ਬਹੁਤ ਇਹਦੇ ਨਾਲ ਨਾਲ ਥੋੜ੍ਹਾ ਕਈ ਵਾਰ ਬਾਹਰੋਂ ਸੰਗਤ ਜ਼ਿਆਦਾ ਆ ਜਾਂਦੇ ਤੇ ਸਾਊਂਡ ਦਾ ਥੋੜ੍ਹਾ ਸਿਸਟਮ ਇੱਕ ਬੜੀ ਵੱਡੀ ਚੀਜ਼ ਹੈ ਅੱਜ ਕੱਲ੍ਹ ਇਹ ਨਾਲ ਜੁੜੇ ਨੇ ਜੱਥੇ ਵੱਲੋਂ ਵੀ ਕਿਸੇ ਬੰਦੇ ਨੂੰ ਬੇਨਤੀ ਕੀਤੀ ਜਾ ਸਕਦੀ ਹੁੰਦੀ। ਸੋ ਗੁਰੂ ਘਰ ਵਾਲਿਓ ਅੱਗੇ ਵਧੀਏ ਭਾਵ ਕਿਹੜੇ ਘਰ ਜਿੱਤੇ ਕਿਹੜੇ ਘਰ ਵਿੱਚ ਕਿਸੇ ਨੂੰ ਜਨਮ ਉਸ ਧਰਮ ਦੀਆਂ ਸਾਰੀਆਂ ਮਰਿਆਦਾਵਾਂ ਧਰਮ ਦੀਆਂ ਇਹਦੇ ਨਾਲ ਨਾਲ ਸੰਗਤ ਸਮਝਣ ਦੀ ਲੋੜ ਜਿੱਥੇ ਜੀਵਨ ਵਿੱਚ ਜਨਮ ਜਿੱਥੇ ਅਮੀਰੀ ਹੈ ਗਰੀਬੀ ਜਿੱਥੇ ਸੁੱਖ ਨੇ ਉੱਥੇ ਦੁੱਖ ਨੇ ਇਹਦੇ ਨਾਲ ਨਾਲ ਖਾਣ ਤੇ ਲਾਭ ਇਹਨਾਂ ਨਾਲ ਮਾਨ ਤੇ ਅਪਮਾਨ ਇੱਕ ਪੱਖ ਸਾਰੇ ਲੋਕ ਪੱਖ ਕੋਈ ਵੀ ਬੰਦਾ ਮੰਗਣਾ ਨਹੀਂ ਚਾਹੁੰਦਾ ਭਾਵ ਸੁੱਖ ਮੰਗਦੇ ਜੋ ਕੋਈ ਨਹੀਂ ਜੀਵਨ ਮੰਗਦੇ ਪਰ ਇਹ ਦੋਹਾਂ ਦਾ ਆਪਸੀ ਬੜਾ ਗੂੜਾ ਸਵਾਲ ਹੈ। ਮੌਤ ਹੈ ਤੇ ਜੀਵਨ ਹੈ, ਜੀਵਨ ਹੈ ਤੇ ਮੌਤ। ਹੁਣ ਮੌਤ ਕੀ ਹੈ? ਇਹਦੇ ਵਿੱਚ ਅੱਜ ਨੂੰ ਭਿੰਨ ਭਿੰਨ ਰਾਇਆ ਤੇ ਕਾਮਰੇਡ ਬੰਦਾ ਇਹ ਦੋਵੇਂ ਬੰਦੇ ਜਿਹੜੇ ਸਾਇੰਸ ਨੂੰ ਜ਼ਿਆਦਾ ਸਾਰੇ ਨਹੀਂ ਮੈਂ ਕਹਿੰਦਾ ਕਈਆਂ ਦੇ ਗੁਰੂ ਪਾਤਸ਼ਾਹ ਦੀ ਬੜੀ ਕਿਰਪਾ ਬਖਸ਼ਿਸ਼ ਹੈ। ਇਹ ਬੰਦੇ ਕਹਿੰਦੇ ਨੇ ਕਿ ਵਰ ਤੋਂ ਬਾਅਦ ਬੰਦਾ ਮੁੱਕ ਜਾਂਦਾ। ਸਾਡੇ ਕੋਲ ਧਰਮ ਕਾਕੂ ਕੇ ਅਸੀਂ ਕਿੱਦਾਂ ਕਰਨ ਲੱਗ ਪਏ ਪ੍ਰਚਾਰ ਵੀ ਮਰਨ ਤੋਂ ਬਾਅਦ ਕੁਛ ਨਹੀਂ ਹੁੰਦਾ, ਐਸੀ ਬੰਦਾ ਭੋਗਦਾ, ਐਸੀ ਅਰਥ ਹੁੰਦੇ ਨੇ, ਐਸੀ ਸਵਰਗ ਹੁੰਦੇ ਨੇ, ਐਸੀ ਨਾਲ ਹੈ। ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਕਿ ਤੂੰ ਕੰਮ ਨਹੀਂ ਕਰਦਾ, ਪਰ ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਦਾ ਬਹੁਤ ਹਿੱਸਾ ਸਾਨੂੰ ਪਰਲੋਕ ਦਾ ਸ਼ਬਦ ਵਰਤਿਆ ਹੋਇਆ ਤੇ ਉਹਦੇ ਬਾਰੇ ਸਾਨੂੰ ਖੁੱਲ ਕੇ ਉਹਦਾ ਅਗਲਾ ਹਿੱਸਾ ਸਾਡੇ ਸਾਹਮਣੇ ਰੱਖਿਆ ਹੋਇਆ। ਆਪ ਇੱਕ ਪੌੜੀ ਹੈ ਗੁਰੂ ਪਾਤਸ਼ਾਹ ਆਪ ਜੀ ਨੇ ਭੋਗ ਭੋਗ ਕੇ ਹੋਏ ਭਸਮੜ ਭੋਰ ਸਜਾਇਆ ਵੱਡਾ ਹੋਆ ਦੁਨੀਦਾਰ ਅਗਲੀ ਹੱਥ ਨੂੰ ਵੱਡਾ ਹੋਆ ਦੁਨੀਦਾਰ ਗੜ ਸੰਗਲ ਘੱਤ ਚਲਾਇਆ ਸੰਗਲ ਦਾ ਜ਼ਿਕਰ ਬਹੁਤ ਕੀਤਾ ਹੋਇਆ
ਆਪ ਜੀ ਨਾਲ ਕੀਰਤਨ ਨੂੰ ਤੱਕ ਬੈਠੇ ਨੇ। ਅਸੀਂ ਕੇਵਲ ਇਹੀ ਬੇਨਤੀਆਂ ਕਰਦੇ ਹਾਂ ਵੀ ਜਿਹੜੇ ਬੰਦੇ ਕਹਿੰਦੇ ਮਰਨ ਤੋਂ ਬਾਅਦ ਕੁਛ ਨਹੀਂ ਹੋਣਾ, ਉਧਰ ਤਾਂ ਉਹ ਤੋਂ ਬਾਅਦ ਕੁਛ ਗੱਲ ਕੰਮ ਤੇ ਕੰਮ, ਪਹਿਲਾਂ ਜੀਵੇ ਜੀ ਉਹਨਾਂ ਨੂੰ ਕੰਮ ਤੇ ਗੱਲ ਕਹਿਣ ਦਾ ਕੋਈ ਹੱਕ ਨਹੀਂ। ਜੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕੁਛ ਨਹੀਂ ਅੱਗੇ ਕੀ ਹੁੰਦਾ, ਤੇ ਉਹਨਾਂ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਵੀ ਅੱਗੇ ਕੁਛ ਨਹੀਂ। ਜਿਹੜਾ ਇੱਥੇ ਗਰੀਬ ਘਰ ਵਿੱਚ ਜੰਮਿਆ ਉਹ ਮੈਨੂੰ ਦੱਸਣ ਕਿਉਂ ਜੰਮ ਪਿਆ, ਅਮੀਰ ਘਰ ਚ ਜੰਮਿਆ, ਅੰਨਾ ਜੰਮਿਆ, ਲੂਲਾ ਲੰਗੜਾ ਅਪਾਹਜ ਬੰਦਾ ਜੰਮਿਆ, ਸਾਰੀ ਜ਼ਿੰਦਗੀ ਉਹਦੀ ਜ਼ਿੰਦਗੀ ਇੱਕ ਰੁੜ ਕੇ ਜ਼ਿੰਦਗੀ ਬਤੀਤ ਹੁੰਦੀ ਹੈ, ਉਹ ਕਿਉਂ ਜੰਮਿਆ? ਅਮੀਰ ਘਰ ਵਿੱਚ ਜੰਮਿਆ, ਰਾਜੇ ਦੇ ਘਰ ਜੰਮਿਆ, ਜਿਹੜਾ ਇੱਕ ਚੰਗਾ ਦੁਨੀਆ ਕੁਛ ਵੀ ਕਰਦਾ ਪਹਿਲੇ ਨੰਬਰ ਦਾ ਬੰਦਾ ਉਹਦੀ, ਇਹ ਸਾਰਾ ਸਿਸਟਮ ਜਿਹੜਾ ਕਿਵੇਂ ਚੱਲਦਾ ਅੱਜ ਹੁਣ ਸੋਚਣ ਦੀ ਲੋੜ। ਅਗਲੀ ਬੇਨਤੀ ਹੈ, ਜੇ ਅੱਜ ਸਾਰੀ ਦੁਨੀਆ ਦੇ ਲੋਕ ਇਹ ਗੱਲ ਸੋਚਣ ਕਿ ਮਰਨ ਤੋਂ ਬਾਅਦ ਸਾਡੇ ਕੱਲੇ ਕੱਲੇ ਦਾ ਲੇਖਾ ਹੁੰਦਾ, ਸ਼ਕਤੀ ਸਾਂਝ ਪਾਈ ਜਾ ਰਹੀ ਸੀ ਕਿ ਗੜ ਸੰਕਲ ਘੱਟ ਚਲਾਇਆ, ਅੱਗੇ ਅੱਗੇ ਲਿਖਿਆ ਹੋਇਆ ਅੱਗੇ ਨੂੰ ਦਲਾਇਆ ਲਾ ਕੇ ਅੱਗੇ ਕਰਨੀ ਲੇਖਾ ਕਰ ਸਕਦਾ, ਉਦੋਂ ਅੱਗੇ ਕੀ ਹੁੰਦਾ? ਆਓ ਨਾ ਹੋਵੀ ਪਾਉ ਨਹੀਂ। ਹੁਣ ਸੁਣੀਏ, ਕਿਆ ਰੂਹ ਆਇਆ ਮਨ ਅੰਧੇ ਜਨ ਹੁਆ। ਜੇ ਲੋਕ ਮੰਨਣ ਵੀ ਅੱਗਾ ਹੈ ਉਹਦਾ, ਤੇ ਇਹ ਧਰਤੀ ਤੇ ਝੂਠ ਨਾ ਬੋਲਣ, ਕਰੈਕਟਰਲੈਸ ਨਾ ਹੋਣ, ਕਿਸੇ ਦਾ ਹੱਕ ਨਾ ਪਾਉਣ, ਤੇ ਹੋ ਸਕੇ ਕਿਸੇ ਦੀ ਸੇਵਾ ਕਰ, ਜੇ ਸੇਵਾ ਕਿਸੇ ਦਾ ਬੁਰਾ ਨਾ ਕਰ, ਕਿਉਂਕਿ ਆਪਣੀ ਜਿੰਦ ਤੇ ਸਾਰਾ ਕੁਛ ਸੌ ਦੇ ਜੀਆ ਆਪਣਾ ਕੀ ਉਹ ਜੀ ਜੋ ਧਰਤੀ ਤੇ ਕਰਦਾ ਰਿਹਾ, ਹੁਣ ਸਹਿ ਤੈਨੂੰ ਹੁਣ ਸਹਿਣਾ ਪੈਣਾ ਹੈ ਸਾਰਾ ਕੁਛ। ਇਸ ਕਰਕੇ ਹੁਣ ਲਈ ਬੇਨਤੀ ਇਹ ਹੈ, ਇਹ ਆਪ ਜੀ ਨਾਲ ਬੇਨਤੀ ਕੀਤੀ ਗਈ ਵੀ ਇਹ ਗੱਲ ਜ਼ਰੂਰ ਸੋਚਣੀ ਹੈ ਵੀ ਅੱਗਾ ਹੈਗਾ, ਉੱਥੇ ਜਾ ਕੇ ਸਾਡੀ ਆਪੋ ਆਪਣੀ ਮੈਮਰੀ ਜਿਹੜੀ ਅੱਜ ਤੱਕ ਅਸੀਂ ਇਸ ਕਾਇਨਾਤ ਵਿੱਚ ਦੋ ਤਿੰਨ ਖਾਸ ਗੱਲਾਂ ਨੇ। ਇੱਕ ਗੱਲ ਹੈ ਕਿ ਕੋਈ ਵੀ ਬੰਦਾ ਦੂਜੇ ਦੇ ਬੰਦੇ ਦੀ ਅੰਦਰ ਦੀ ਗੱਲ ਨਹੀਂ ਜਾਣ ਸਕਦਾ, ਮੇਰੇ ਮਨ ਵਿੱਚ ਕੀ ਹੈ, ਬਾਹਰੋਂ ਮੈਂ ਕੀ ਬੋਲਦਾ ਤੇ ਅੰਦਰ ਮੇਰੇ ਕੀ ਹੈ, ਇਹ ਗੱਲ ਆਮ ਬੰਦਾ ਦੂਜਾ ਨਹੀਂ ਸਕਦਾ। ਇਹ ਗੱਲ ਪੈਗੰਬਰ ਅਵਤਾਰ ਸਮਝ ਸਕਦਾ ਜਾਂ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਸਮਝ ਸਕਦਾ। ਇਹ ਪਹਿਲਾ ਪੜ੍ਹਦਾ ਰੱਖਿਆ ਹੋਇਆ, ਦੂਸਰਾ ਪੜ੍ਹਦਾ, ਇਹ ਪੜ੍ਹਦੇ ਦਾ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ, ਜੇ ਪ੍ਰਸਾਦ ਜਿਹਦੀ ਕਿਰਪਾ ਨਾਲ ਤੇਰੇ ਮਾੜੇ ਕੰਮ ਤੇਰੇ ਵਿੱਦੇ ਢੱਕੇ ਪਏ ਨੇ ਹਜੇ ਲੋਕਾਂ ਚ ਨਸ਼ਰ ਨਹੀਂ ਹੋਏ, ਜੇ ਰਾਮ ਰਹੀਮ ਦੇ ਕੋਲੋਂ ਕੰਮ ਨਸ਼ਰ ਹੋਏ ਨੇ ਤੇ ਜਿਹਨੇ ਦਿੱਤਾ ਹੋਇਆ, ਆਸਾਰਾਮ ਤੇ ਕੰਮ ਨਸ਼ਰ ਹੋਏ ਨੇ ਤੇ ਜਿਹਨੇ ਦਿੱਤੇ ਹੋਏ ਨੇ ਬੰਦੇ, ਇੱਥੇ ਵੀ ਜਿਹੜੇ ਹੋਰ ਬੰਦੇ ਗਲਤ ਕੰਮ ਕਰਦੇ ਨੇ ਕੁਛ ਬੰਦੇ ਤਾਂ ਜੇਲੇ ਜਾਣਗੇ, ਉਹਨਾਂ ਦੇ ਕੇਵਲ ਚੰਦ ਇੱਕ ਕੰਮ ਬਾਹਰ ਆਣਗੇ, ਜਿਹੜੇ ਹੋਰ ਉਹਨੇ ਹਜ਼ਾਰਾਂ ਕੰਮ ਗਲਤ ਕੀਤੇ ਹੋਏ ਨੇ ਉਹ ਹਜੇ ਬਾਹਰ ਨਹੀਂ। ਇਸ ਕਰਕੇ ਉਹ ਸੱਚੀ ਕਚਹਿਰੀ ਹੈ, ਵਕੀਲ ਮਿਲ ਸਕਦਾ, ਗਵਾਹ ਬੈਠ ਸਕਦਾ, ਕਈ ਗਵਾਹ ਦੇਖੇ ਨੇ ਗਵਾਹੀਆਂ ਬੈਠ ਗਏ ਜਿਹੜੇ ਬੰਦੇ ਨਾਲ ਕੇਸ ਲੜਿਆ ਕਿ ਮੇਰੇ ਨਾਲ ਏਦਾਂ ਹੋਇਆ, ਉਹ ਬੰਦੇ ਅੱਗੇ ਜਾ ਕੇ ਮੁਕਰ ਗਿਆ ਕਿ ਨਹੀਂ ਮੇਰੇ ਨਾਲ ਏਦਾਂ ਨਹੀਂ ਹੋਇਆ, ਇੱਥੇ ਪਰ ਉਹ ਸੱਚੀ ਕਚਹਿਰੀ 'ਚ ਕਦੇ ਵੀ ਝੂਠ ਦਾ ਬੋਲਬਾਲਾ ਨਹੀਂ ਚੱਲ ਸਕਦਾ। ਇਸ ਕਰਕੇ ਲੋਕ
ਇਮਾਨਦਾਰੀ ਨਾਲ ਕੰਮ ਕਰਨਗੇ, ਤਰੱਕੀ ਚ ਰੱਖਣਗੇ, ਪ੍ਰਭੂ ਭਗਤੀ ਕਰਨਗੇ, ਜਿਹਨੇ ਸਾਨੂੰ ਹਵਾ ਦਿੱਤੀ ਹੈ, ਪਾਣੀ ਦਿੱਤਾ ਹੈ, ਧਰਤੀ ਦਿੱਤੀ ਹੈ, ਸੂਰਜ ਦਿੱਤਾ ਹੈ, ਨਾਲ ਵੀ ਉਹਦੀ ਰਚਨਾ ਸੀ। ਹੁਣ ਦਾਸ ਦੀ ਅਗਲੀ ਬੇਨਤੀ ਹੈ ਕਿ ਜਿਹੜੇ ਬੰਦੇ ਹਿੰਦੂ ਨੇ ਉਹ ਹਿੰਦੂ ਬਾਣੀ ਜਨੇਊ ਪਾਣ, ਮੰਦਰ ਨੂੰ ਜਾਣ, ਸੱਚ ਬੋਲਣ, ਕਿਸੇ ਦਾ ਹੱਕ ਨਾ ਖਾਣ, ਆਪਣੇ ਧਰਮ ਨੂੰ ਸਾਰਾ ਮੰਦਰ ਧਰਮ ਵਿੱਚ ਪਰਮੇਸ਼ਰ ਹੈ। ਜਿਵੇਂ ਹਰ ਬੱਚੇ ਨੂੰ ਸਕੂਲ ਵਿੱਚ ਦਾਖਲ ਹੋਣਾ ਜ਼ਰੂਰੀ ਹੈ ਉਮਰ ਦੇ ਖਾਸ ਹਿੱਸੇ ਵਿੱਚ, ਐਵੇਂ ਹਰ ਸਿੱਖ ਖੰਡੇ ਜ਼ਰੂਰੀ ਹੈ ਉਮਰ ਦੇ ਖਾਸ ਹਿੱਸੇ। ਜਿਹੜੀ ਮੇਰੀ ਕੌਮ ਨੇ ਗੱਲ ਨੂੰ ਬਿਲਕੁਲ ਜ਼ਿਆਦਾ ਤਰਜੀਹ ਨਹੀਂ ਦਿੱਤੀ ਹੋਈ, ਅਸੀਂ ਉਦੋਂ ਹੀ ਹੈ ਜਦੋਂ ਅਸੀਂ ਸਿੱਖੀ ਸਿੱਖਿਆ ਖੁਦ ਵਿਚਾਰ, ਜਦੋਂ ਅਸੀਂ ਗੁਰੂ ਕੋਲੋਂ ਸਿੱਖੀ ਧਾਰਨੇ ਕਰਦੇ। ਫੌਜੀ ਦਾ ਮੁੰਡਾ ਫੌਜੀ ਨਹੀਂ ਹੈ, ਫੌਜੀ ਦਾ ਮੁੰਡਾ ਫੌਜੀ ਦਾ ਮੁੰਡਾ ਹੈ, ਫੌਜੀ ਮੁੰਡਾ ਨਹੀਂ ਹੈ। ਫੌਜੀ ਮੁੰਡਾ ਉਦੋਂ ਹੈ ਜਦੋਂ ਖੁਦ ਫੌਜ ਵਿੱਚ ਭਰਤੀ ਹੋ। ਸਿੱਖ ਦਾ ਮੁੰਡਾ ਹੋਰ ਹੈ ਤੇ ਸਿੱਖ ਮੁੰਡਾ ਹੋਰ ਹੈ। ਸਿੱਖ ਦੀ ਕੁੜੀ ਬੁੱਢਾ ਵੀ ਸਿੱਖ ਨਹੀਂ ਬਣਿਆ, ਪਰਦਾਦਾ ਵੀ ਸਿੱਖ ਨਹੀਂ ਬਣਿਆ, ਤੇ ਇਹਨਾਂ ਨੂੰ ਸਿੱਖ ਕਹਿਣਾ ਗਲਤ ਹੈ। ਇਹ ਹਜੇ ਕੰਪਲੀਟ ਤੌਰ ਤੇ ਸਿੱਖ ਨਹੀਂ ਬਣੇ। ਜੇ ਕਿਸੇ ਨੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਚਾਰ ਵਜਰ ਗ੍ਰਹਿਤਾਂ ਵਿੱਚੋਂ ਕੋਈ ਵਜਰ ਗ੍ਰਹਿਤ ਕੀਤੀ ਹੈ ਤੇ ਮਾਫ਼ੀ ਨਹੀਂ ਮੰਗੀ ਤੇ ਬੇਸ਼ਕ ਉਹਨਾਂ ਬਰਕਾਰ ਪਾਈ ਹੈ, ਉਹ ਵੀ ਗੁਰੂ ਘਰ ਵਿੱਚੋਂ ਛੇਕਿਆ ਹੋਇਆ ਚੱਲਦੀ ਆ ਰਹੀ ਹੈ।
ਪਰ ਗੁਰੂ ਹਰਕ੍ਰਿਸ਼ਨ ਜਿਹੜੇ 8 ਸਾਲ ਦੀ ਉਮਰ ਵਿੱਚ ਭਾਣਾ ਸੱਤ ਹੋ ਗਿਆ, ਹੁਕਮ ਸੱਤ ਹੋਇਆ, ਸਰੀਰ ਬਦਲੀ ਕੀਤਾ। ਗੁਰੂ ਤੇਗ ਬਹਾਦਰ ਦੀ ਅੰਸ਼ ਵਿੱਚ ਗੁਰੂ ਗੋਬਿੰਦ ਸਿੰਘ ਜਿਹੜੇ ਬਹੁਤ ਵੱਡੇ ਖਾਲਸਾ ਪੰਥ ਦੇ ਬਾਨੀ ਬਣੇ ਹੋਏ ਨੇ, ਪਰ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਬਿੰਦੀ ਅੰਸ਼ ਵੰਸ਼ ਹੈ ਉਹ ਜ਼ੁਲਮ ਦੀ ਖਾਤਰ ਸਾਰੇ ਦਾ ਸਾਰਾ ਪ੍ਰਭਾਵ ਨਹੀਂ ਫਿਰ ਗਿਆ ਤੇ ਉਹਨੇ ਆਪਣਾ ਇੱਕ ਪੁੱਤਰ ਪੈਦਾ ਕੀਤਾ। ਉਹ ਤੁਹਾਨੂੰ ਦਾ ਦਿੱਤਾ ਹੋਇਆ ਇਹਨ ਪੁੱਤਰਨ ਕੇ ਸੀਸ ਪਰ ਬਾਹਰ ਦੀ ਹੈ ਸੁਧ ਚਾਰ ਚਾਰ ਰੁਪਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਖਾਲਸਾ ਮੇਰਾ ਪੁੱਤਰ, ਇਹ ਮੇਰਾ ਦਾਦੀ ਪੁੱਤਰ ਹੈ ਖਾਲਸਾ, ਇਹਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾਇਆ ਹੋਇਆ। ਅੱਜ ਤੁਸੀਂ ਮਾਂ ਸਾਹਿਬ ਕੌਰ ਦੀਆਂ ਧੀਆਂ ਬਣਨਾ ਤੇ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਬਣਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ ਤੇ ਅਕਾਲ ਪੁਰਖ ਦੀ ਪੂਜਾ ਕਰਨੀ ਹੈ। ਜੀਵਨ ਕਾਲ ਵਿੱਚ ਕਦੇ ਵੀ ਗੰਦੇ ਗਾਣੇ ਨਹੀਂ ਸੁਣਨੇ। ਮੇਰੀ ਕੌਮ ਦਾ ਦੇਸ਼ ਦਾ ਸਭ ਤੋਂ ਜ਼ਿਆਦਾ ਨੁਕਸਾਨ ਇਹਨੀ ਲੱਚਰ ਗਾਣਿਆਂ ਨਾਲ ਕੀਤਾ, ਇਹਨਾਂ ਲੋਕਾਂ ਨੂੰ ਬੁੱਧੀ ਪੇਸ਼ ਕਰ ਦਿੱਤੀ ਇਹਨਾਂ ਗਾਣਿਆਂ ਨੇ। ਦੂਜਾ ਨਸ਼ਿਆਂ ਨਾਲ ਸਾਡੇ ਅੱਗੇ ਬੜੀ ਵੱਡੀ ਚੁਣੌਤੀ। ਫਿਰ ਅਰਦਾਸ ਬੇਨਤੀ ਕਰੂੰਗਾ ਸਾਡੇ ਅਧਿਕਾਰੀਆਂ ਚ ਅਹਿਮੀਅਤ ਜਮਾਤ ਮੁਸਲਮਾਨਾਂ ਦੀ ਬੈਠੀ ਹੈ। ਅੱਜ ਤੱਕ ਜਮਾਤ ਦੇ ਪੱਲੇ ਚ ਕਦੇ ਵੀ ਬੀਜਾ ਨਹੀਂ ਲੱਗਦਾ। ਐਮਪੀਆ ਜਮਾਤ ਦਾ ਕੋਈ ਵੀ ਕੇਸ ਕਰਦੀਆਂ ਦਾ ਸਾਡੇ ਪੁਲਿਸ ਸਟੇਸ਼ਨ ਨਹੀਂ ਲੱਗਿਆ। ਐਮਪੀਆ ਜਮਾਤ ਦੀ ਕੋਈ ਵੀ ਕੁੜੀ ਗੰਗਾ ਸਿਰ ਕਰਕੇ ਬਾਜ਼ਾਰ ਚ ਨਹੀਂ ਨਿਕਲ। 1600-1500 ਸਾਲ ਦਾ ਪੁਰਾਣਾ ਸਿਸਟਮ ਅੱਜ ਬਰਕਰਾਰ ਕਰਕੇ ਬੈਠੇ 50 ਕੇਸ ਉਹਨਾਂ ਦਾ ਧੰਦੇ ਬਣੇ ਹੋਏ ਨੇ। ਅੱਜ ਨੇ ਅੱਜ ਕੱਟ ਗਿਆ ਨੇ ਸਾਰੇ ਮੁਸਲਮਾਨਾਂ ਦੀਆਂ ਨੇ, ਪਰ ਮੈਨੂੰ ਦੁੱਖ ਹੈ ਗੁਰੂ ਨਾਨਕ ਦੇ ਮੁਬਾਰਕ ਚੰਨ ਪਏ ਹੋਏ ਇਸ ਪੰਜਾਬ ਦੀ ਧਰਤੀ ਤੇ ਤੇ ਸਭ ਤੋਂ ਜ਼ਿਆਦਾ ਨਸ਼ਾ ਇੱਥੇ ਵਿਕਦਾ ਹੋਏ, ਸਭ ਤੋਂ ਜ਼ਿਆਦਾ ਫੈਸ਼ਨ ਨੂੰ ਅੱਗ ਲੱਗੀ ਹੋਏ ਇੱਥੇ, ਇਹਦੇ ਨਾਲ ਨਾਲ ਬਲਾਤਕਾਰ ਤੇ ਰੇਪ ਕੇਸ ਇੱਥੇ ਨਿਕਲਦੇ ਹੋਣ ਤੇ ਥਾਂ ਥਾਂ ਦੇ ਬਾਬੇ ਡੇਰੇ ਖੋਲ ਕੇ ਬੈਠੇ ਹੋਣ, ਹਰ ਘਰ ਵਿੱਚ ਫਿਲਮਾਂ ਲੱਗਦੀਆਂ ਹੋਣ, ਕੁੜੀਆਂ ਦੇ ਮੁੰਡੇ ਖੁੱਲੇ ਤੌਰ ਤੇ ਫਿਲਮਾਂ ਤੇ ਗੰਦੇ ਗਾਣੇ ਸੁਣਦੇ ਹੋਣ। ਇਹ ਕੌਮ ਦੀ ਬਦਕਿਸਮਤੀ ਹੈ, ਜਿਹੜਾ ਵੀ ਬੱਚੀ ਬੱਚਾ ਹੈ ਗਾਣੇ ਸੁਣਨ ਲੱਗ ਪਿਆ ਤੇ ਫਿਲਮ ਦੇਖਣ ਲੱਗ ਪਿਆ, ਉਹ ਕਦੇ ਵੀ ਪੜ੍ਹਾਈ ਵਿੱਚ ਤਰੱਕੀ ਨਹੀਂ ਕਰ। ਮਾਂ ਪਿਓ ਦੀ ਇੱਜ਼ਤ ਦਾ ਭਾਈ ਪਾਲ ਨਹੀਂ ਬਣੂਗਾ। ਅੱਗੇ ਜਾ ਕੇ ਛੱਤਰ ਪੈਣਾ ਉਹਨੂੰ ਦੂਜੇ ਘਰ ਵਿੱਚ, ਜਿਹੜਾ ਨਿਕਲ ਨਿਕਲਣ ਦਾ ਜਿਹੜਾ ਸਿਸਟਮ ਚੱਲ ਰਿਹਾ ਆਪਣੀ ਮਾਤੀ ਦਾ ਵਿਆਹ ਕਰਨ ਦਾ, ਇਹ ਸਾਰਾ ਇਹਨਾਂ ਮੀਡੀਏ ਨੂੰ ਅੱਗ ਲੱਗਣ ਕਰਕੇ ਸਾਰਾ ਕੁਛ ਹੋ ਗਿਆ ਸਾਡੇ। ਇਸ ਕਰਕੇ ਗੁਰੂ ਪਿਆਰ ਵਾਲਿਓ ਅਸੀਂ ਸਿਰਫ ਜੀ ਦੇ ਚਰਨਾਂ 'ਚ ਇਹਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਪੰਜਾਬ ਸਾਹਿਬ ਜ਼ਮੀਨ ਤੇ ਜੰਮੇ ਹੋ, ਕਸ਼ਮੀਰ ਵਿੱਚ ਸਿੱਖ ਬੈਠਾ, ਪਾਕਿਸਤਾਨ 'ਚ ਸਿੱਖ ਬੈਠਾ, MP 'ਚ ਸਿੱਖ ਬੈਠਾ, ਅੱਜ ਤੱਕ ਤੁਸੀਂ ਸਿੱਖ ਦੀ ਕੁੜੀ ਸਿੱਖ ਨੂੰ ਦੇਣੀ ਹੈ, ਅਸੀਂ ਆਪਣੀ ਕੁੜੀ ਮੁਸਲਮਾਨ ਨੂੰ ਨਹੀਂ ਦਿੰਦੇ, ਮੁਸਲਮਾਨ ਆਪਣੀ ਕੁੜੀ ਸਿੱਖ ਨੂੰ ਨਹੀਂ ਦੇ ਰਿਹਾ, ਈਸਾਈ ਆਪਣੀ ਕੁੜੀ ਮੁਸਲਮਾਨ ਨੂੰ ਨਹੀਂ ਦੇ ਰਿਹਾ, ਇਹ ਆਪੋ ਆਪਣੇ ਧਰਮਾਂ ਦੀ ਮਰਿਆਦਾ ਅਨੁਸਾਰ ਕੰਮ ਚੱਲਦਾ। ਸਿੱਖ ਨੇ ਕੁੜੀ ਜਦੋਂ ਸਿੱਖ ਨੂੰ ਦੇਣੀ ਹੈ, ਅਗਲੇ ਬੰਦੇ ਬੰਦਾ ਸਿੱਖ ਨਹੀਂ ਬਣਿਆ, ਸਿੱਖ ਬਣਨਾ ਸੀ ਗੁਰੂ ਗੋਬਿੰਦ ਸਿੰਘ ਤੱਕ ਚੰਨ ਕੋਲ ਦੇ ਕੇ ਸਿੱਖ ਬਣਾਇਆ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੱਗੇ ਜੋ ਵਿਅਕਤੀਗਤ ਰੂਪ ਤੇ ਗੁਰੂ ਦਾ ਕੰਮ ਸਰੀਰਕ ਤੌਰ ਤੇ ਗੁਰੂ ਦੀ ਕੰਮ ਬੰਦ ਕਰਕੇ ਸ਼ਬਦ ਗੁਰੂ ਨੂੰ ਸਿੱਧੇ ਤੌਰ ਤੇ ਅੱਗੇ ਲਿਆਂਦਾ, ਜਿਹੜਾ ਸ਼ਬਦ ਗੁਰੂ ਪਹਿਲਾਂ ਵੀ ਸ਼ਬਦ ਗੁਰੂ ਸੀ, ਪਰ ਉੱਥੇ ਸਰੀਰ ਦੀ ਲੋੜ ਸੀ ਗੁਰੂ ਸਾਹਿਬ ਦੇ ਲਈ, ਜੇ ਯੁੱਧ ਕਰਨੇ ਹੈ ਤਾਂ ਵੀ ਸਰੀਰ ਨਾਲ ਹੋਣੇ ਹੈ, ਜੇ ਖਾਲਸਾ ਪੰਥ ਦੀ ਸਿਰਜਣਾ ਕਰਨੀ ਹੈ ਤਾਂ ਵੀ ਸਰੀਰ ਕਰਕੇ ਹੋਣੀ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਹੈ ਤਾਂ ਵੀ ਸਰੀਰ ਕਰਕੇ ਹੋਣੀ ਹੈ, ਤੇ ਜੇ ਕੋਈ ਹੋਰ ਇੱਥੇ ਜਿਹੜੇ ਕੌਤਕ ਖੇਡਣੇ ਨੇ ਭਾਵ ਮੌਕਾ ਫੇਰਨਾ ਜਾਂ ਕੋਈ ਹੋਰ ਐਸੀ ਕਿਸੇ ਧਰਮ ਦੇ ਆਗੂਆਂ ਨਾਲ ਜਾ ਕੇ ਗੋਸ਼ਟੀ ਕਰਨੀ ਹੈ, ਉਹਨਾਂ ਨੂੰ ਆਪਣੇ ਧਰਮ ਦੀ ਵਿਸ਼ੇਸ਼ਤਾ ਦੱਸਣੀ ਹੈ, ਇਹ ਵੀ ਕੰਮ ਕਿਹਦੇ ਨਾਲ ਹੋਣੇ ਹੈ, ਸਰੀਰ ਨਾਲ ਹੋਣੇ। ਜਦੋਂ ਇਹ ਕੰਮ ਕੰਪਲੀਟ ਹੋ ਗਿਆ ਤੇ ਸਿੱਖਾਂ ਦਾ 1699 ਨੂੰ ਖਾਲਸਾ ਪੰਥ ਦੀ ਸਿਰਜਣਾ 5 ਪਿਆਰੇ ਸਿਰਜੇ ਗਏ, ਉਸ ਦਿਨ ਤੋਂ ਸਾਡੇ ਸਾਰਿਆਂ ਦੇ ਨਾਮ ਅਗਰ ਸਿੱਖ ਤੇ ਟੌਰ ਸ਼ਬਦ ਵਰਤਿਆ ਜਾਵੇ।
ਇਹ ਦੁਨੀਆਂ ਦੀ ਪਹਿਲੀ ਕੌਮ ਹੈ ਜਿਹਨੇ ਇੱਕ ਨਾਂ ਥੱਲੇ ਮੱਲੀ ਹੋਈ ਹੈ, ਸਿੰਘ ਤੇ ਕੌਰ। ਹਿੰਦੂ ਧਰਮ ਵਿੱਚ ਮੁੰਡੇ ਦੇ ਨਾਂ ਭਿੰਨ ਭਿੰਨ ਹੋ ਸਕਦੇ ਨੇ, ਰਮੇਸ਼ ਕੁਮਾਰ ਹੋ ਸਕਦਾ ਜਾਂ ਰੂਆ ਦਾਸ ਹੋ ਸਕਦਾ ਜਾਂ ਕੋਈ ਹੋਰ ਉਹਨਾਂ ਦੇ ਬੜੇ ਰਾਮਦਾਸ, ਲਾਲ ਚੰਦ, ਦੇਵ ਕੁਮਾਰ, ਕਈ ਨਾਂ ਹੋ ਸਕਦੇ ਨੇ ਬੱਚਿਆਂ ਦੇ ਮਗਲ, ਮਗਲ ਦਾ ਸ਼ਬਦ, ਤੇ ਕੁੜੀਆਂ ਦੇ ਨਾਮ ਵੀ ਕਈ ਸ਼ਬਦ ਹੋ ਸਕਦੇ ਨੇ, ਸੀਤਾ ਰਾਣੀ, ਲੀਲਾ ਬੰਤੀ, ਰਮਾ ਕੁਮਾਰੀ, ਪੁਸ਼ਪਾ ਦੇਵੀ ਹੋ ਸਕਦੇ ਨੇ, ਹੋਣੇ ਚਾਹੀਦੇ ਨੇ। ਪਰ ਸਿੱਖਾਂ ਦੀ ਕੁੜੀ ਦੇ ਨਾਮ ਅਗਰ ਕਈ ਵਾਰੀ ਵੀ ਸ਼ਬਦ ਜੁੜੇਗਾ ਕੌਰ, ਤੇ ਮੁੰਡੇ ਦੇ ਨਾਮ ਜੁੜੇਗਾ ਸਿੰਘ। ਔਰ ਸਿੱਖ ਧਰਮ ਵਿੱਚ ਕੋਈ ਜਾਤ ਨਹੀਂ ਰਹੂਗੀ, ਜਦ ਤੁਸੀਂ ਪੰਥ ਵਿੱਚ ਰਹੋਗੇ ਤੁਹਾਡੀ ਪਹਿਲੀ ਜਾਤ ਕੁੱਲ ਗੋਤ ਤੁਹਾਨੂੰ ਖਤਮ ਕੀਤਾ ਜਾਂਦਾ, ਤੁਹਾਨੂੰ ਖਾਲਸਾ ਪੰਥ ਦੋਹਰੇ ਜਨ ਪ੍ਰਾਪਤ ਹੁੰਦਾ ਹੈ। ਔਰ ਗੁਰੂ ਪਾਤਸ਼ਾਹ ਤੋਂ ਬਿਨਾਂ ਜਿਹੜੇ ਇੱਥੇ ਦੇਹਧਾਰੀ ਪਖੰਡੀ ਬਣ ਕੇ ਬੈਠੇ ਨੇ, ਇਹਨਾਂ ਚੋਂ ਕਿਸੇ ਕੋਲ ਸਮਰੱਥਾ ਨਹੀਂ ਸੱਚੀ ਦਰਗਾਹ ਸਾਡੀ ਰਾਜ ਕਰਨ ਦੀ। ਉੱਥੇ ਕੇਵਲ ਗੁਰੂ ਬਖਸ਼ ਸਕਦਾ ਸਾਨੂੰ, ਜਿਹਦੇ ਬਾਰੇ ਆਪ ਲਿਖਦੇ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਖ, ਵਿਛੜਿਆ ਮੇਰੇ ਪ੍ਰਭੂ ਹਰ ਦਰ ਕੈ ਕਾ ਸੀਸ, ਹਰੀ ਦੀ ਦਰਗਾਹ ਦਾ ਵਕੀਲ ਜੇ ਹੈ ਤੇ ਪੈਗੰਬਰ ਗੁਰੂ ਨਾਨਕ ਹੈ। ਅੱਜ ਮੈਨੂੰ ਮੌਤ ਭੁੱਲ ਗਈ, ਕਿਸ ਤਰੀਕੇ ਨਾਲ ਸਾਡੀ ਮੌਤ ਹੋਣੀ ਹੈ? ਮੈਂ ਨੌਜਵਾਨ ਬੱਚਿਆਂ ਨੂੰ ਬੱਚਿਆਂ ਨੂੰ ਕਹਿੰਦਾ ਹੁੰਦਾ, ਕਦੀ ਕਦੀ ਜਾ ਕੇ ਡਿੱਗ ਪਾਣਾ ਦੇਖ ਕੇ ਆਇਆ ਕਰੋ, ਕਦੀ ਕਦਾਈ ਜਾ ਕੇ ਜੇਲ੍ਹ ਵਿੱਚ ਜਾ ਕੇ ਦੇਖ ਕੇ ਆਇਆ ਕਰੋ, ਕਈ ਕਦੀ ਕਦਾਈ ਕਿਸੇ ਹਸਪਤਾਲ ਜਾ ਕੇ ਟੂਰ ਕਰਿਆ ਕਰੋ, ਘੱਟੋ ਘੱਟ ਇੱਕ ਹਫ਼ਤੇ ਬਾਅਦ ਇੱਕ ਹਸਪਤਾਲ ਦੇਖਿਆ ਕਰੋ, ਕਿਸ ਤਰੀਕੇ ਨਾਲ ਲੋਕ ਦੁਖੀ ਹੋ ਕੇ ਪਏ ਨੇ, ਦਲਿਆਂ ਦਾ ਆਸ਼ਰਮ ਦੇਖਿਆ ਕਰੋ, ਕਦੇ ਉਹਨਾਂ ਲੋਕਾਂ ਦੀਆਂ ਕੁੜੀਆਂ ਦੇਖਿਆ ਕਰੋ ਜਿਹਨਾਂ ਦੀ ਕੁੜੀ ਵੀ ਹੈ, ਕੋਈ ਕੱਪੜਾ ਸਾਫ਼ ਨਹੀਂ ਹੈ, ਕੋਈ ਖਾਣ ਨੂੰ ਪਦਾਰਥ ਨਹੀਂ ਹੈ, ਕੋਈ ਮੌਸਮ ਅਨੁਸਾਰ ਕੋਈ ਸਿੱਧ, ਉਹ ਵੀ ਇਸੇ ਧਰਤੀ ਤੇ ਲੋਕ ਬੈਠੇ ਨੇ। ਜੇ ਤੁਹਾਨੂੰ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸੁੰਦਰ ਸਰੀਰ ਦਿੱਤੇ ਨੇ, ਜੇ ਤੁਸੀਂ ਸੁੰਦਰ ਸਰੀਰ ਧਾਰਨ ਕਰਕੇ ਇਹ ਸਰੀਰ ਦਾ ਗਲਤ ਕੰਮ ਕੀਤੇ ਤੇ ਤੁਸੀਂ ਇਹਦੇ ਸਟੈਂਡ ਨੂੰ ਪਛਤਾਓਗੇ, ਔਰ ਪਛਾਣ ਨਾਲ ਕੋਈ ਵੀ ਸਮਾਂ ਹੱਥ ਨਹੀਂ ਆਊਗਾ। ਇਸ ਕਰਕੇ ਗੁਰੂ ਪਿਆਰ ਵਾਲਿਓ, ਹੁਣ ਆਪਣੀ ਨਾਲ ਇਹ ਸਾਂਝ ਅਸੀਂ ਪਾ ਰਹੇ ਹਾਂ ਕਿ ਜੇ ਅੱਜ ਤੁਸੀਂ ਸਾਰੇ ਲੋਕ ਇਕੱਠੇ ਹੋ, ਜੇ ਕੁੜੀ ਸਾਡੀ ਸ਼ਰਾਬੀਆਂ ਦੇ ਘਰ ਗਈ ਸਿੱਖ ਧਰਮ ਅਨੁਸਾਰ, ਜੇ ਮੇਰੇ ਪੰਜਾਬ ਦਾ ਬੱਚਾ ਬੱਚਾ ਸਿੱਖ ਬਣਿਆ ਹੁੰਦਾ, ਜਿੱਦਾਂ ਬੱਚਾ ਬੱਚਾ ਮੁਸਲਮਾਨ ਬਣਦਾ ਜਾ ਰਿਹਾ, ਬੱਚਾ ਬੱਚਾ ਈਸਾਈ ਬਣੇ, ਬੱਚਾ ਬੱਚਾ ਹਿੰਦੂ ਬਣੇ, ਤੇ ਜਿਹੜੇ ਸਿੱਖ ਨੇ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪੰਜਾਂ ਪਿਆਰਿਆਂ ਦੇ ਜ਼ਰੀਏ ਬਣ ਕੇ ਸਿੱਖ ਬਣ। ਉਸ ਦਿਨ ਤੋਂ ਜੋ ਸਾਨੂੰ ਹੁਕਮ ਹੁੰਦਾ ਖਾਲਸਾ ਪੰਥ ਵੱਲੋਂ, ਰਹਿਤ ਮਰਿਆਦਾ ਦਰਜ ਕਰਾਈ ਜਾਂਦੀ ਹੈ, ਬੰਦੇ ਕਰੈਦਾ ਮਾਰੇ ਜਾਣ ਪਹਿਲੇ ਦਿੱਤੀ ਜਾਂਦੀ ਹੈ, ਆਪਣੇ ਜੀਵਨ ਨੂੰ ਉੱਚਾ ਚੁੱਕਣ ਵਾਸਤਾ ਉਹਨਾਂ ਸਾਰੀਆਂ ਮਰਿਆਦਾਵਾਂ ਦਾ ਧਿਆਨ ਰੱਖਣਾ ਚਾਹੀਦਾ। ਅਗਲੀ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਜਿਹੜਾ ਅੱਜ ਸਾਡੇ ਅੱਗੇ ਬੜੀ ਉੱਨੀਆਂ ਚੁਣੌਤੀਆਂ ਨੇ, ਇੱਕ ਚੁਣੌਤੀ ਹੈ ਖਾਲਸਾ ਪੰਥ ਵਿੱਚ ਆਪਸੀ ਫੁੱਟ, ਉਹਦੇ ਵਿੱਚ ਵੀ ਤੁਹਾਨੂੰ ਯੋਗਦਾਨ ਪਾਉਣਾ ਪੈਣਾ। ਕਦੇ ਵੀ ਕੌਮ ਉਹ ਤਰੱਕੀ ਨਹੀਂ ਕਰ ਸਕਦੀ, ਉਹ ਘਰ ਨਹੀਂ ਤਰੱਕੀ ਕਰ ਸਕਦਾ, ਉਹ ਪਿੰਡ ਨਹੀਂ ਤਰੱਕੀ ਕਰ ਸਕਦਾ ਜਿਹੜੇ ਪਿੰਡ 'ਚ ਤਿੰਨ ਚਾਰ ਧੜੇ ਬਣੇ ਹੋਣ, ਉਹ ਘਰ ਕਦੇ ਨਹੀਂ ਤਰੱਕੀ ਕਰ ਸਕਦਾ। ਕੁੜੀ ਹੋਰ ਸੋਚਦੀ ਹੋਏ, ਮਾਂ ਹੋਰ ਸੋਚਦੀ ਹੋਏ, ਭਰਾ ਹੋਰ ਸੋਚਦਾ ਹੋਏ ਤੇ ਪਿਓ ਹੋਰ ਸੋਚਦਾ ਹੋਏ, ਕਦੇ ਵੀ ਘਰ ਵਿੱਚ ਸ਼ਾਂਤੀ ਨਹੀਂ ਰਹਿ ਸਕਦੀ। ਇਸ ਕਰਕੇ ਅੱਜ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਆਪਣੀ ਧੀ ਦੂਜੇ ਘਰ ਭੇਜਣੀ ਹੈ, ਜੇ ਹਿੰਦੂ ਦੀ ਵੀ ਧੀ ਸ਼ਰਾਬੀ ਦੇ ਕੋਲ ਗਈ, ਹਿੰਦੂ ਵੀ ਸ਼ਰਾਬ ਪੀਂਦਾ ਆ, ਉਹ ਵੀ ਸਵੈਗਲੇ ਲੱਗ ਪਿਆ, ਉਹ ਵੀ ਕੈਪਸੂਲ ਖਾਣ ਲੱਗ ਪਿਆ, ਹੁਣ ਤਾਂ ਮੈਨੂੰ ਦੁੱਖ ਲੱਗਦਾ ਵੀ ਮੈਨੂੰ ਪਤਾ ਲੱਗਿਆ ਕੁਛ ਕੁੜੀਆਂ ਵਿੱਚ ਵੀ ਨਸ਼ੇ ਦੀ ਕੌੜ ਦਾ ਹੁੰਦੀ ਸ਼ੁਰੂ ਹੋ ਗਏ, ਜਿਹੜੇ ਸਿੰਥੈਟਿਕ ਡਰੱਗ ਨੇ।
ਤੁਸੀਂ ਆਪਣੀ ਕੌਮ ਦਾ ਕਿਤੇ ਰਾਤ ਨੂੰ ਸੌਣ ਲੱਗਿਆ ਸੋਚੋ ਕਿ ਮੈਂ ਸਿੱਖਾਂ ਦੇ ਘਰੇ ਜੰਮਿਆ, ਇਹ ਕੌਮ ਦੁਨੀਆਂ ਤੇ ਰਹਿਣੀ ਚਾਹੀਦੀ ਤਾਂ ਮੁੱਕਣੀ ਚਾਹੀਦੀ। ਭਸਾਈ ਕੌਮ 2018 ਸਾਲ ਤੋਂ ਤੁਰੀ ਆ ਰਹੀ ਹੈ, ਉਹ ਸਨਾਤਨ ਧਰਮ ਪਤਾ ਨੀ ਕਦੋਂ ਦਾ ਤੁਰਿਆ ਕਦੋਂ ਦਾ ਨਹੀਂ ਤੁਰਿਆ, ਤੇ ਤੁਸੀਂ 2-250 ਸਾਲ ਵਿੱਚ ਅੱਕ ਗਏ ਹੈ। ਤੁਸੀਂ ਆਪਣੇ ਗੁਰੂ ਤੋਂ ਮੂੰਹ ਮੋੜਿਆ ਹੋਇਆ, ਗੁਰਦੁਆਰੇ ਤੁਹਾਡੇ ਖਾਲੀ ਹੋਏ ਪਏ ਨੇ, ਤੁਸੀਂ ਗੁਰਦੁਆਰੇ ਦਾ ਕੋਈ ਵੀ ਐਜੂਕੇਟਡ ਸਿਆਣਾ ਗ੍ਰੰਥੀ ਰੱਖਣ ਨੂੰ ਤਿਆਰ ਨਹੀਂ ਹੋਏ ਨੇ, ਨਾ ਮੇਰੀ ਕੌਮ ਦੇ ਆਗੂਆਂ ਨੇ ਇਸ ਗੱਲ ਦਾ ਫਿਕਰ ਕੀਤਾ। ਉਹਨਾਂ ਦਾ ਪਾਦਰੀ ਐਜੂਕੇਟਡ ਹੈ, ਉਹਨਾਂ ਦਾ ਮੌਲਵੀ ਐਜੂਕੇਟਡ ਹੈ, ਧਰਮ ਤੋਂ ਪੂਰਾ ਸੁਚੇਤ ਹੈ, ਸਿੱਖਾਂ ਦਾ ਗ੍ਰੰਥੀ ਸਿੰਘ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਜਿਹੜਾ ਉਹ ਧਰਮ ਤੋਂ ਪੂਰਾ ਜਾਣੂ ਹੈ, ਉਹਦੀ ਪੂਰੀ ਯੋਗਤਾ ਹੈ ਗ੍ਰੰਥੀ ਸਿੰਘ ਦੀ, ਜਿਹੜਾ ਫੌਜ ਵਿੱਚ ਗ੍ਰੰਥੀ ਹੈ ਉਹਦੀ ਐਜੂਕੇਸ਼ਨ ਹੈ, ਉਹਦੀ ਵੀ ਯੋਗਤਾ, ਉਹਦੀ ਤਨਖਾਹ ਵੀ ਹੈ। ਪਰ ਜਿੱਥੇ ਸਿੱਖਾਂ ਦੀ ਕਮਿਊਨਿਟੀ ਬੈਠੀ ਪਿੰਡਾਂ ਵਿੱਚ, ਇੱਥੇ ਗੁਰਦੁਆਰੇ ਵੀ ਸ਼ਮਸ਼ੇ ਬਣੇ ਹੋਣ, ਬੜੀ ਖੁਸ਼ੀ ਹੈ। ਇਸ ਪਿੰਡ ਵਿੱਚ ਇੱਕ ਗੁਰਦੁਆਰਾ ਆ, ਕਈਆਂ ਪਿੰਡਾਂ 'ਚ ਅੱਜ 14 ਗੁਰਦੁਆਰੇ ਬਣੇ ਹੋਏ ਨੇ, ਪਰ ਇੱਕ ਗੁਰਦੁਆਰੇ ਵਿੱਚ ਇੱਕ ਚੰਗਾ ਗ੍ਰੰਥੀ ਰੱਖਣਾ, ਉਹਨੂੰ ਚੰਗੀ ਇੱਜ਼ਤ ਦੇਣੀ। ਗ੍ਰੰਥੀ ਸਿੰਘ ਵੀ ਇੰਡੀਵਿਜੁਅਲ ਤੌਰ ਤੇ ਗੁਰਦੁਆਰੇ ਦੀ ਰਹਿਸ ਵਿੱਚ ਰਹੇ, ਜਿਵੇਂ ਕੋਈ ਕੰਮ ਰਹਿੰਦਾ ਏਦਾਂ ਉਹ ਆਪਣੇ ਆਪ 'ਚ ਰਹੇ। ਜਦੋਂ ਗ੍ਰੰਥੀ ਤੁਹਾਡੇ ਪਾਠ ਪੜ੍ਹਨ ਵਾਲੇ ਆਮ ਲੋਕਾਂ ਵਿੱਚ ਰਹਿ ਕੇ ਝੂਠ ਬੋਲਣਗੇ, ਜਾਂ ਤੁਹਾਡੇ ਗ੍ਰੰਥੀ ਆਮ ਲੋਕਾਂ ਵਿੱਚ ਨਿੰਦਿਆ ਕਰਦੇ ਰਹਿਣਗੇ, ਜਾਂ ਤੁਹਾਡੇ ਗ੍ਰੰਥੀ ਆਮ ਲੋਕਾਂ ਵਿੱਚ ਪੈਸੇ ਲੈ ਕੇ ਮੋੜਨ ਦਾ ਯਤਨ ਨਹੀਂ ਕਰਨਗੇ, ਜਾਂ ਉਹ ਪੈਸੇ ਦੀ ਖਾਤਰ ਝੱਠ ਮਾਰਨਗੇ, ਗੋਲਕਾਂ ਨੂੰ ਖੋਲਣਗੇ, ਜਾਂ ਕੋਈ ਐਸੇ ਕੰਮ ਕਰਨਗੇ, ਤੇ ਜਦੋਂ ਗ੍ਰੰਥੀ ਦੀ ਲਾਈਫ ਲੋਕਾਂ ਵਿੱਚ ਆਊਗੀ, ਤੇ ਕੋਈ ਵੀ ਬੰਦਾ ਉਸ ਗ੍ਰੰਥੀ ਦਾ ਪਾਠ ਸੁਣਨ ਨੂੰ ਤਿਆਰ ਨਹੀਂ ਆਊਗਾ। ਵੱਡੀ ਗੱਲ ਸੀ ਜਿਹੜੀ ਗੱਲ ਤੋਂ ਅੱਜ ਮੇਰੀ ਕੌਮ ਉੱਤੇ ਡਿੱਗੀ ਹੋਈ। ਕਿਸੇ ਆਦਮੀ ਨੇ 1917 ਤੋਂ ਬਾਅਦ ਸਿੱਧਾ ਪਰ ਧਿਆਨ ਦਿੱਤਾ ਹੋਇਆ। ਅਸੀਂ ਬੇਨਤੀ ਕਰਦੇ ਹਾਂ ਕਿ ਗੁਰਦੁਆਰੇ ਦੇ ਨਾਲ ਲੱਗੇ ਹੱਥ ਤਿਆਰ ਕੀਤਾ ਜਾਏ, ਔਰ ਉਮਰ ਦੇ ਖਾਸ ਹਿੱਸੇ ਵਿੱਚ ਹਰ ਕੁੜੀ ਤੇ ਮੁੰਡਾ ਪੰਜਾਂ ਪਿਆਰਿਆਂ ਤੋਂ ਕਿਤੇ ਵੀ ਜਾ ਕੇ ਖੰਡੇ ਦੀ ਪਹੁੰਚ ਛੱਡ ਕੇ ਗੁਰੂ ਪੰਥ ਵਿੱਚ ਆਪਣਾ ਜਨਮ ਪੈਦਾ ਕਰ। ਇਹਨੂੰ ਅਸੀਂ ਕਹਿੰਦੇ ਸਤਿਗੁਰ ਕਾ ਜਨਮ ਗਗਨ ਮਟਾਇਆ, ਗੁਰੂ ਘਰ ਚ ਜੰਮਣਾ। ਕਈ ਅਸੀਂ ਦੇਖਦੇ ਹਾਂ ਕਿ ਪਿਓ ਨਾ ਅੰਤ ਨਹੀਂ ਛਕਿਆ ਤੇ ਮੁੰਡੇ ਨੇ ਅੰਤ ਛਕ ਲਿਆ, ਉਹਨੂੰ ਅਸੀਂ ਕਹਿੰਦੇ ਹਾਂ ਕਿ ਪਿਓ ਹਜੇ ਜੰਮਿਆ ਨਹੀਂ ਤੇ ਮੁੰਡਾ ਜੰਮ ਵੀ ਪਿਆ। ਤੁਸੀਂ ਹੈਰਾਨ ਹੋਵੋਗੇ ਕਿ ਪਿਓ ਜੰਮਿਆ ਨਹੀਂ ਤੇ ਮੁੰਡਾ ਜੰਮ ਪਿਆ, ਇਹ ਕਿੱਦਾਂ ਹੋ ਗਿਆ? ਇਹ ਏਦਾਂ ਹੋ ਗਿਆ ਕਿ ਪਿਓ ਸ਼ਰਾਬ ਪੀਂਦਾ ਆ, ਪੌੜ ਨਹੀਂ ਛਕੀ ਹੋਈ, ਨਿਤਨੇਮੀ ਨਹੀਂ ਹੈ, ਤੇ ਮੁੰਡਾ ਛੋਟੀ ਉਮਰ ਵਿੱਚ 10-11 ਸਾਲ ਦਾ ਪੌੜ ਛਕੀ ਹੈ, ਨਿਤਨੇਮ ਕਰਦਾ ਆ, ਗੁਰੂ ਵਾਲਾ ਬਣ ਗਿਆ। ਇਸ ਕਰਕੇ ਮੁੰਡਾ ਜੰਮ ਪਿਆ ਗੁਰੂ ਘਰ, ਤੇ ਪਿਓ ਹਜੇ ਤੱਕ ਗੁਰੂ ਘਰ 'ਚ ਨਹੀਂ ਜੰਮੇ। ਇਹ ਹਾਲਾਤ ਇਸ ਕੌਮ ਇਹਦੇ 'ਚ ਕੀ ਇੱਕ ਫੈਕਟਰ ਹੈ, ਇੱਕ ਫਾਰਮੂਲਾ ਹੈ, ਉਹ ਹੈਗਾ ਡਿਸਿਪਲਿਨ ਐਂਡ ਪਨਿਸ਼ਮੈਂਟ। ਜਿਹੜੇ ਵੀ ਬੰਦੇ ਨਾ ਸਕੂਲ ਮੁੰਡਾ ਲੇਟ ਗਿਆ, ਉੱਥੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੁੰਡੇ ਨੂੰ ਖੜਾ ਕਰਕੇ ਜਾਂ ਤਾਂ ਉਹਦੇ ਆਪਣੇ ਕੰਨ ਪੁੱਟੇ, ਜਾਂ ਉਹਨੂੰ ਕਹੇ ਤੂੰ ਕੰਨ ਪੁੱਟ ਕੇ ਨਾਲੇ ਬੈਠਾ ਕਰ, ਜਾਂ ਦੂਜੇ ਮੁੰਡੇ ਕੋਲੋਂ ਤੇ ਮੂੰਹ ਦੇ ਇੱਕ ਚਪੇੜ ਬਣਾਏ, ਜਾਂ ਉਹਦਾ ਮੁਰਗਾ ਬਣਾ ਕੇ ਉਹਦੇ ਕੰਨ ਫੜਾ ਕੇ ਚੱਕਰ ਕਢਾਏ, ਤਾਂ ਕਿ ਦੂਜੇ ਮੁੰਡੇ ਦੇਖਣ ਕਿ ਅਸੀਂ ਕਦੇ ਵੀ ਲੇਟ ਨਹੀਂ। ਇਹ ਹੁੰਦਾ ਡਿਸਿਪਲਿਨ ਐਂਡ ਪਨਿਸ਼ਮੈਂਟ। ਜਿਹੜੀ ਮੇਰੀ ਕੌਮ ਦੇ ਸਿਧਾਂਤ ਬਣੇ ਸਨ, ਜਿਹੜੀ ਵੀ ਸਿੱਖ ਨਾ ਉਹਨਾਂ ਸਿਧਾਂਤਾਂ ਦੀ ਉਲੰਘਣਾ ਕਰਨੀ ਸੀ, ਕਿਸੇ ਵੀ ਸਿੱਖ ਨਾ ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਸੀ ਕਰਨਾ। ਔਰ ਪਹਿਲੀ ਵਾਰ ਜਿਹੜੇ ਸਾਡੇ ਪਿੰਡ ਵਿੱਚ ਸਿੱਖਾਂ ਦੇ ਪਿੰਡ ਵਿੱਚ ਜਦੋਂ ਕਿਤੇ ਗ੍ਰਾਫਟ ਆਈ ਹੈ, ਜਿਹੜੇ ਪਹਿਲੇ ਸਿੱਖਾਂ ਦੇ ਬੰਦੇ ਨਾਲ ਦਾੜੀ ਨੱਟੀ ਫੱਟੀ ਹੈ ਜਾਂ ਕਿਸੇ ਨੇ ਸ਼ਰਾਬ ਕੀਤੀ ਹੈ, ਤੇ ਮੇਰੇ ਪਹਿਲੇ ਗੁੱਟਿਆਂ ਨਾਲ ਉਹ ਬੰਦੇ ਨੂੰ ਪਿੰਡੋਂ ਕੱਢ ਦੇਣਾ ਸੀ, ਤੇ ਅੱਗੇ ਕਿਸੇ ਵੀ ਬੰਦੇ ਨਾਲ ਇਹ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਕਰਨਾ। ਕਿਸੇ ਨਾ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ।
ਜਦੋਂ ਮੈਨੂੰ ਗੁਰੂ ਪੰਥ ਦਾ ਸਾਰੀ ਕੌਮ ਨੂੰ ਹੁਕਮ ਹੈ ਕਿ ਕੁੜੀ ਮਾਰ, ਨੜੀ ਮਾਰ, ਸਿਰ ਕੌਮ ਨਾਲ ਰੋਟੀ ਬੇਬੀ ਦੀ ਸਾਂਝ ਨਹੀਂ ਕਰ। ਆਹ ਇੱਕ ਤਰੀਕਾ ਸੀ ਜਦੋਂ ਕਿਸੇ ਨੇ ਕੁੜੀ ਨਹੀਂ ਸੀ ਲੈਣੀ। ਹੁਣ ਕਿਹੜਾ ਬੰਦਾ ਮੁਸਲਮਾਨੀਆਂ ਨੂੰ ਕੁੜੀ ਦਊਗਾ? ਜਿੰਨਾ ਚਿਰ ਤੱਕ ਬੰਦਾ ਸੁਨਤ ਨਾ ਕਰਾਊਗਾ, ਉਹਦਾ ਨਾਂ ਨਾ ਬਦਲਣਗੇ ਉਹ, ਉਹਦਾ ਨਾਂ ਜਿੱਦਾਂ ਰਜਿੰਦਰ ਸਿੰਘ ਤੋਂ ਬਦਲੀ ਕਰਕੇ ਰਜਿੰਦਰ ਸਿੰਘ ਖਤਮ ਕਰਨਗੇ, ਉਹਦਾ ਨਾਂ ਰੱਖ ਦੇਣ, ਚਾਹੇ ਨਵੀਂ ਬਸ ਰੱਖ ਦੇਣ, ਉਹਦਾ ਨਵਾਂ ਨਾਂ ਰੱਖਣਗੇ, ਸੁਨਤ ਕਰਾਣਗੇ, ਫਿਰ ਉਹਨੂੰ ਆਪਣੀ ਕੁੜੀ ਦਾ ਨਿਕਾਹ ਉਹਦੇ ਨਾਲ ਕਰਨ ਨੂੰ ਤਿਆਰ ਹੋਇਆ। ਇਹ ਸੀ ਪੰਥਕ ਹੁਕਮ ਜਿਹੜੇ ਮੇਰੀ ਕੌਮ ਦੇ ਬਿਲਕੁਲ 1947 ਤੋਂ ਬਾਅਦ ਕੋਈ ਪਰਵਾਹ ਨਹੀਂ ਕੀਤੀ। ਇਹਦੇ ਨਾਲ ਨਾਲ ਅੰਗਰੇਜ਼ ਦੇ ਟਾਈਮ ਵਿੱਚ ਡੇਰਾਵਾਦ ਸ਼ੁਰੂ ਕੀਤਾ ਗਿਆ। ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਲੋਕਾਂ ਨੂੰ ਤੋੜ ਕੇ ਆਪਣੇ ਪੈਰਾਂ ਦੀ ਪੂਜਾ ਕਰਾਉਣੀ ਸ਼ੁਰੂ ਕੀਤੀ। ਇਹਦੇ ਵਿੱਚ ਚਾਰ ਹਿੱਸੇ ਕੀਤੇ ਜਾ ਰਹੇ ਨੇ। ਇੱਕ ਹਿੱਸਾ ਮੇਰੀ ਕੌਮ ਦਾ ਉਹ ਹੈ ਜਿਹਨੇ ਸਿੱਖੀ ਦਾ ਪ੍ਰਚਾਰ ਸਿੱਖੀ ਕਰਕੇ ਕੀਤਾ, ਕਰਮ ਕਰਕੇ ਕੀਤਾ, ਪਰ ਆਪਣਾ ਡੇਰਾ ਨਹੀਂ ਬਣਾਇਆ, ਸੰਤ ਪਦਵੀ ਨੂੰ ਹੱਥ ਨਹੀਂ ਲਾਇਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ, ਭਾਈ ਨਾਥ ਸਿੰਘ ਨਾਭਾ, ਭਾਈ ਪ੍ਰੋਫੈਸਰ ਸਾਧ ਸਿੰਘ ਜੀ ਜਾਂ ਹੋਰ ਪ੍ਰੋਫੈਸਰ ਪੂਰਨ ਸਿੰਘ ਜੀ, ਬਹੁਤ ਸਿੱਖੀਤਾ ਨੇ ਪੱਥ ਵਿੱਚ ਬੈਠੀਆਂ, ਜਿਹਨੇ ਆਪਣਾ ਨਿੱਜੀ ਡੇਰਾ ਨਹੀਂ ਬੰਨਿਆ, ਪ੍ਰਚਾਰ ਖੁੱਲ ਕੇ ਕੀਤਾ, ਆਪਣੀ ਸ਼ਖਸੀਅਤ ਕਾਢੀ, ਸਿੱਖੀ ਅਨੁਸਾਰ ਲੋਕਾਂ ਦੇਖਦੇ ਕਿ ਸਿੱਖ ਬਣਨੇ ਸ਼ੁਰੂ ਕੀਤੇ। ਅਗਲੀ ਬੇਨਤੀ ਹੈ, ਦੂਜਾ ਸਿੱਖ ਵਰਗ ਉਹ ਹੈ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ। ਆਪ ਸੰਤ ਜੀ ਜਾਂ ਬ੍ਰਹਮ ਗਿਆਨੀ ਜੀ, ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦਾ, ਲੋਕਾਂ ਨੇ ਜੋ ਬਣਾਇਆ ਬਣਾਇਆ, ਕਿਸੇ ਨੂੰ ਕੋਈ ਪਤਾ ਨਹੀਂ। ਕੋਈ ਵੀ ਨੀਵਾਂ ਬੰਦਾ ਉੱਚੇ ਬੰਦੇ ਨੂੰ ਨਹੀਂ ਪਛਾਣ ਸਕਦਾ, ਉੱਚਾ ਬੰਦਾ ਨੀਵੇਂ ਨੂੰ ਪਛਾਣ ਸਕਦਾ, ਨੀਵਾਂ ਬੰਦਾ ਉੱਚੇ ਨੂੰ ਕਦੇ ਵੀ ਪਛਾਣ ਨਹੀਂ ਸਕਦਾ। ਜੇ ਕਿਸੇ ਦੇ ਹੌਦਾ ਦੀ ਕੀਤੀ ਰਾਣੀ ਹੈ ਤੇ ਘੱਟੋ ਘੱਟ ਐਸਪੀ ਬੰਦਾ ਉੱਠ ਕੇ ਹੌਦਾ ਦੀ ਕੀਤੀ ਲਾਊਗਾ, ਕਦੇ ਵੀ ਸਿਪਾਹੀ ਕਿਸੇ ਨੂੰ ਹੌਦਾ ਦੀ ਕੀਤੀ ਨਹੀਂ ਲਾਊਗਾ। ਇੱਥੇ ਪਬਲਿਕ ਕਿਸੇ ਨੂੰ ਹਜ਼ੂਰ ਮਹਾਰਾਜ ਬਣਾ ਰਹੀ ਹੈ, ਕਿਸੇ ਨੂੰ ਬ੍ਰਹਮ ਗਿਆਨੀ ਵੀ ਬਣਾ ਰਹੇ ਨੇ, ਮੈਨੂੰ ਕੋਈ ਦੁੱਖ ਨਹੀਂ ਗਾ। ਮੈਂ ਬੇਨਤੀ ਕਰ ਰਿਹਾ ਸਿੱਖਾਂ, ਉਹ ਵਰਗ ਤਿਆਰ ਹੋਇਆ ਜਿਹੜੇ ਵਰਗ ਨਾਲ ਖੰਡੇ ਦੀ ਪੌੜ ਸਕਾਈ, ਵਿਆਹ ਨਹੀਂ ਕਰਾਏ, ਨਾਲ ਆਪਣਾ ਡੇਰਾ ਬਣਾਇਆ। ਉਹ ਸ਼ਖਸੀਅਤ ਚੰਗੀ ਸੀ, ਪਰ ਉਹ ਸ਼ਖਸੀਅਤ ਦਾ ਅੱਗੇ ਜਾ ਕੇ ਮੌਤ ਹੋਣੀ ਸੀ ਸਰੀਰ ਦੀ, ਫਿਰ ਉਹਨੂੰ ਕਿਸੇ ਨਾਲ ਉਹਨਾਂ ਆਪਣੇ ਡੇਰੇ ਦੀ ਜ਼ਿੰਮੇਵਾਰੀ ਨਹੀਂ ਸੰਭਾਲੀ। ਉਹ ਡੇਰੇ ਦੀ ਜ਼ਿੰਮੇਵਾਰੀ ਮੇਰੀ ਕੌਮ ਦੇ ਮੁਖੀ ਜਿਹੜੇ ਜਥੇਦਾਰ ਸਹਿਮਾਨ ਨੇ ਜਾਂ ਮੇਰੇ ਟਕਸਾਲ ਦੇ ਵੀਰ ਨੇ ਮੁਖੀ, ਉਹਨੇ ਆ ਕੇ ਇਕੱਠੇ ਹੋ ਕੇ ਕੁਛ ਬੰਦਿਆਂ ਨਾਲ ਕਿਸੇ ਆਪਣੀ ਮਰਜ਼ੀ ਦੇ ਬੰਦੇ ਦੇ ਸਿਰ ਤੇ ਇੱਕ ਦਸਤਾਰ ਬਣਾ ਦਿੱਤੀ ਹੈ। ਉਹ ਬੰਦਾ ਮੁੜ ਕੇ ਸਰਕਾਰ ਦੇ ਚੁੰਗਲ ਵਿੱਚ ਆ ਗਿਆ। ਇੰਡੀਵਿਜੁਅਲ ਤੌਰ ਤੇ ਤਾਂ ਕੋਈ ਵੀ ਜਿੱਥੇ ਸਰਕਾਰ ਨੇ ਗਲਤੀ ਕੀਤੀ ਹੈ ਧਰਮ ਬਾਰੇ, ਉਹ ਬੰਦਾ ਬੋਲਣੋਂ ਅਸਮਰਥ ਹੋ ਗਿਆ। ਇਹ ਹੈ ਦੂਜਾ ਸਿੱਖ ਪੰਥ ਦਾ ਹਿੱਸਾ। ਉਹ ਡੇਰਾ ਵੱਧਦਾ ਗਿਆ, ਜਿਹੜੇ ਬੰਦੇ ਨਾ ਜਿਹੜੇ ਬਾਬਾ ਜੀ ਕੋਲੋਂ ਔੜ ਸੱਕ ਲਈ ਹੈ, ਉਹ ਤੋਂ ਬਾਅਦ ਉਹ ਬੰਦਾ ਉਸ ਬਾਬਾ ਜੀ ਦੇ ਡੇਰੇ ਨੂੰ ਹੀ ਤੁਰਿਆ ਰਿਹਾ, ਚਾਹੇ 200 ਸਾਲ ਤੁਰਿਆ ਰਿਹਾ, ਉੱਥੇ ਨੂੰ ਹੀ ਤੁਰਿਆ। ਜਦੋਂ ਕਿ ਉਹਨੂੰ ਪੰਜਾਂ ਪਿਆਰਿਆਂ ਨੇ ਹੁਕਮ ਦਿੱਤਾ ਕਿ ਅੱਜ ਤੋਂ ਤੁਹਾਡਾ ਗੁਰੂ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਉਦੋਂ ਤੋਂ ਸਾਡਾ ਗੁਰੂ ਸਾਡੇ ਪਿੰਡ ਵਿੱਚ ਸਭਾਏਮਾਨ ਸੀ, ਪਰ ਪਿੰਡਾਂ 'ਚ ਪਾਰਟੀ ਬਾਜ਼ੀ ਨਾਲ ਗੁਰਦੁਆਰੇ ਦਾ ਹਾਲਤ ਕਮਜ਼ੋਰ ਕੀਤੀ ਹੋਈ ਹੈ। ਕੋਈ ਵੀ ਬੰਦਾ ਗੁਰਦੁਆਰੇ ਬੈਠ ਕੇ ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ ਖੁੱਲ੍ਹੇ ਤੌਰ 'ਤੇ ਕੰਪਲਸਰੀ ਜਿਹੜਾ ਚਾਹੀਦਾ ਸੀ ਉਹ ਤਿਆਰ ਹੋਇਆ ਨਹੀਂ, ਉਹ ਉਸ ਡੇਰਿਆਂ ਨੂੰ ਚੱਲ ਪਏ ਹੌਲੀ ਹੌਲੀ। ਤੀਜਾ ਵਰਗ ਸਿੱਖਾਂ 'ਚ ਉਹ ਹੋਇਆ ਜਿਹੜਾ ਖੁਦ ਗੁਰੂ ਬਣ ਗਿਆ, ਚਾਹੇ ਉਹ ਤੀਸਰਾ ਸਾਵਣ ਸਿੰਘ ਹੈ, ਚਾਹੇ ਉਹ ਤੋਂ ਪਹਿਲਾਂ ਹੈਗਾ ਜਿਹੜਾ ਜੈਮਨ ਸਿੰਘ ਹੈ, ਤੇ ਚਾਹੇ ਚੰਦ ਸਿੰਘ ਹੈ, ਚਾਹੇ ਵਿਰਿੰਦਰ ਸਿੰਘ ਹੈ, ਚਾਹੇ ਵਿਭਜਨ ਸਿੰਘ ਹੈ, ਚਾਹੇ ਉਹ ਕੋਈ ਦਰਸ਼ਨ ਸਿੰਘ ਹੈ, ਚਾਹੇ ਕੋਈ ਜੇਠੂਵਾਲ ਦਾ ਕੋਈ ਬੰਦਾ,
ਬਹੁਤ ਬੰਦੇ ਨੇ ਜਿਹੜੀ ਹੌਲੀ ਹੌਲੀ ਉਹ ਖੁਦ ਗੁਰੂ ਬਣੇ, ਲੋਕਾਂ ਨੂੰ ਨਵਾਂ ਮੰਤਰ ਦਿੱਤਾ, ਜੇਠੂਆਲੀਆ ਮੰਤਰ ਦਿੱਤਾ, ਓਮ ਮਹਾਰਾਜਾ ਵਿਸ਼ਨੂੰ ਭਗਵਾਨ ਸ਼ੇਰ ਸਿੰਘ ਕੀ ਜੈ, ਕਿਸੇ ਨਾਲ ਪੰਜ ਸ਼ਬਦ ਦਿੱਤੇ, ਕਿਸੇ ਨਾਲ ਕੋਈ ਸ਼ਬਦ ਦਿੱਤਾ, ਗੁਰਮੁਖ ਦਾ ਸ਼ਬਦ ਉਹ ਦੇ ਨਹੀਂ ਸਕਦੇ, ਕਿਸੇ ਸਤਨਾਮ ਵਾਹਿਗੁਰੂ ਦਿੱਤਾ। ਇਸ ਕਰਕੇ ਲੋਕ ਉਹਨਾਂ ਨੂੰ ਗੁਰੂ ਮੰਨਣ ਲੱਗ ਪਏ ਤੇ ਸਿੱਖ ਕੌਮ ਦਾ ਬਹੁਤ ਹਿੱਸਾ ਉਹਨਾਂ ਦੇ ਨਾਲ ਜੁੜ ਗਿਆ। ਉਹਨਾਂ ਬੰਦਿਆਂ ਨੇ ਸਿੱਖੀ ਗਈਆਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖੋ। ਮੌਤ ਪਤਾ ਨੀ ਕਿ ਸਰਦ ਵਿੱਚ ਆਣੀ ਹੈ,
ਇੱਥੇ ਕੋਈ ਬੰਬ ਵੱਜਿਆ ਹੈ ਜਾਂ ਇੱਥੇ ਕੋਈ 1947 ਦਾ ਸਿੱਖਾਂ ਨੂੰ ਭੁੱਲ ਗਈ ਬੁਰੀ ਹਾਲਤ ਦੇ ਬਾਕੇ ਦਿਹਾੜੇ, 1984 ਦਾ ਸਿੱਖ ਭਾਈਆਂ ਨੂੰ ਭੁੱਲ ਗਈ ਬੁਰੀ ਹਾਲਤ ਦੇ ਬਾਕੇ ਦਿਹਾੜੇ ਹੋਏ ਤੇ ਹਜੇ ਵੀ ਸ਼ਰਾਬਾਂ ਪੀਂਦੇ ਹੈ, ਦੁੱਖ ਨਾਲ ਕਹਿਣਾ ਪੈਂਦਾ ਮੁਸਲਮਾਨਾਂ ਦੇ ਤਾਜ਼ੀਆਂ ਦੇ ਦਿਨਾਂ ਵਿੱਚ, ਉਹਨਾਂ ਦੇ ਦਿਨਾਂ 'ਚ ਕੋਈ ਬੰਦਾ ਸਾਰੇ ਆਪਣੇ ਪਿੰਡਾਂ ਕੁੱਟ ਮੁੱਟ ਕੇ ਲਹੂ ਪਕਾਉਂਦੇ ਨੇ ਤੇ ਮੇਰੇ ਸਿੱਖ ਕੌਮ ਦੇ ਫਤਿਹਗੜ੍ਹ ਸਾਹਿਬ ਵਿੱਚ ਬੈਠੇ ਬੰਦੇ ਸ਼ਰਾਬ ਪੀਂਦੇ ਹੁੰਦੇ ਨੇ ਜਿਹਨਾਂ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਡੀਜੇ ਲੱਗੇ ਹੁੰਦੇ ਨੇ, ਹੋਟਲਾਂ 'ਚ ਲੈ ਕੇ ਸ਼ਰਾਬ ਪੀਂਦੇ ਹੁੰਦੇ ਨੇ ਤੇ ਆਪਣੇ ਆਪ ਨੂੰ ਆਖਦੇ ਅਸੀਂ ਸਿੱਖ ਨੇ। ਕੌਮ ਗੁੰਮਰਾਹ ਹੋ ਚੁੱਕੀ ਹੈ, ਕੌਮੀਅਤ ਖਤਮ ਹੁੰਦੀ ਜਾ ਰਹੀ ਹੈ ਤੇ ਲੋਕ ਸੌ ਗਏ ਪੂਰੀ ਨੀਂਦ ਵਿੱਚ। ਐਸਾ ਸੋਹਣਾ ਖਤਰਨਾਕ ਸਾਬਤ ਹੋ ਰਿਹਾ, ਤੁਹਾਡੇ ਬੱਚੇ ਵੀ ਵੱਡੇ ਜਾ ਰਹੇ ਨੇ, ਤੁਹਾਡਾ ਵਿਵੇਕ ਸੁਧਾ ਹੋ ਰਿਹਾ, ਤੁਹਾਡੇ ਬਜ਼ੁਰਗਾਂ ਦੀ ਇੱਜ਼ਤ ਪਹਿਲਾਂ ਤੇ ਹੋਣ ਲੱਗੀ ਹੈ, ਜੀਨੇ ਜੀ ਤੁਹਾਡੇ ਜਿਹਨੇ ਚਾਰ ਚੰਨ ਲਾਏ ਸੀ ਇਸ ਦੇਸ਼ ਨੂੰ, ਅੱਜ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਜਾ ਰਹੀ। ਜੇ ਉਹਨਾਂ ਦੀ ਔਲਾਦ ਹੀ ਉਹਨਾਂ ਦੀ ਕਦਰ ਕਰਨਾ ਨਹੀਂ ਚਾਹੁੰਦੀ ਤੇ ਦੂਜੇ ਗੁਆਢੀ ਰੁਕ ਕੇ ਬਹਿ ਕੇ ਕਿ ਉਹਨਾਂ ਦੀ ਕਦਰ ਕਰਨ। ਜੇ ਤੁਸੀਂ ਸ਼ਹਿਰਪੁਰ ਦੇ ਪੰਜਾਬ ਦੇ ਖੰਡੇ ਦੀ ਕੌਮ ਦੇ ਧਾਰਨੀ ਹੁੰਦੇ, ਆਪਣੇ ਪਿੰਡ ਦੇ ਗੁਰਦੁਆਰੇ 'ਚ ਰੋਜ਼ ਇਕੱਠੇ ਹੁੰਦੇ, ਸਵੇਰੇ ਵੀ ਇਕੱਠੇ ਹੁੰਦੇ, ਸ਼ਾਮ ਨੂੰ ਵੀ ਇਕੱਠੇ ਹੁੰਦੇ, ਹਿੰਦੂਆਂ ਨਾਲ ਪਿਆਰ ਕਰਦੇ, ਮੁਸਲਮਾਨਾਂ ਨਾਲ ਪਿਆਰ ਕਰਦੇ, ਈਸਾਈਆਂ ਨਾਲ ਪਿਆਰ ਕਰਦੇ, ਪਰ ਆਪਣੇ ਗੁਰਦੇ ਸਿਧਾਂਤਾਂ ਦੀ ਪਹਿਲ ਦੇ ਆਧਾਰ ਤੇ ਪਾਲਣਾ ਕਰਦੇ। ਕੋਈ ਮੇਰਾ ਸਿੱਖ ਭਰਾ ਠੇਕੇ 'ਤੇ ਜਾ ਕੇ ਸ਼ਰਾਬ ਨਾ ਪੀਂਦਾ, ਕੋਈ ਸਿੱਖ ਬਰਮੀ ਦੀ ਪੂਜਾ ਨਾ ਕਰਦਾ, ਕੋਈ ਕਿਸੇ ਢੱਬੋ। ਜੇ ਤੁਸੀਂ ਮਿਹਨਤ ਕਰਾਉਂਦੇ, ਮਿਹਨਤ ਸਾਡੀ ਤੇ ਰਹਿਮਤ ਤੇਰੀ ਹੋ ਸਕਦੀ ਹੈ। ਇਹ ਬਾਬੇ ਸਾਨੂੰ ਕੋਈ ਨਹੀਂ ਕਹਿਣਗੇ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਦਾ, ਉਪਾਏ ਕਿਤੇ ਨਾ ਪਾਏ ਗਏ ਹਰ ਕਰਮ ਵਿਭਾਤਾ। ਐਸਾ ਕਰ ਦਾਦਾ ਦਾਦਾ ਇਹ ਹੈ, ਐਸਾ ਕਰ ਮਨ ਪੀਟੇ ਫਿਰ ਕੀ ਸਭ ਜਾਣ, ਦੇਵਨ ਕੋ ਏਕੇ ਭਗਵਾਨ, ਜਿਸ ਕੇ ਦੀਆ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੇ ਆਏ, ਉਹ ਮਾਰਾ ਰੱਖੇ ਇਹ ਕੋ ਆਪ ਮਨ ਕੈ ਤੁਸ ਨਹੀਂ। ਅੱਜ ਉਹ ਬਾਣੀ ਬਿਲਕੁਲ ਬੰਦ ਹੋਈ ਪਈ ਹੈ ਤੇ ਫੈਸ਼ਨ ਦੇ ਦੌਰ ਚੱਲ ਰਿਹਾ, ਗੰਦੇ ਗਾਣੇ ਚੱਲ ਰਹੇ ਨੇ, ਕੀ ਆਪ ਟੁੱਟਣ ਵਾਲੀ ਹੈ। ਤਾਂ ਇੱਕ ਇੱਕ ਪ੍ਰੋਡਕਸ਼ਨ ਹੋ ਰਹੀ ਹੈ, ਹਰ ਕੌਮ ਨੂੰ ਕੁਆਂਟਿਟੀ ਤੇ ਕੁਆਲਿਟੀ ਦੀ ਲੋੜ ਹੁੰਦੀ ਹੈ। ਅੱਜ ਕੁਆਂਟਿਟੀ ਮੇਰੀ ਕੌਮ ਦੀ ਥੱਲੇ ਡਿੱਗ ਰਹੀ ਹੈ, ਕੋਈ ਦੁੱਖ ਨਹੀਂ ਜੇ ਕੁਆਂਟਿਟੀ ਥੱਲੇ ਗਈ ਸੀ ਤੇ ਕੁਆਲਿਟੀ ਪੂਰੀ ਦੀ ਪੂਰੀ ਹੁੰਦੀ। ਹਰ ਬੱਚੀ ਬੱਚਾ ਸਿੱਖ ਬਣਿਆ ਹੁੰਦਾ, ਹਰ ਬੱਚੀ ਬੱਚਾ ਇੱਕ ਦੂਜੇ ਨੂੰ ਮਿਲ ਕੇ ਚਾਈ ਚਾਈ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ। ਉਹ ਬੰਦੇ ਸਲਾਮਾ ਅਲੈਕੁਮ ਕਰਦੇ, ਉਹ ਬੰਦੇ ਦੁਆ ਸਲਾਮ ਕਰਦੇ, ਸਾਈ ਹਿੰਦੂ ਮੇਰੇ ਭਰਾ ਰਾਮ ਰਾਮ ਇੱਕ ਦੂਜੇ ਨੂੰ ਮਿਲਣ ਲੱਗਿਆ ਕਹਿੰਦੇ। ਪਰ ਇਹਨਾਂ ਦੀ ਬੱਚੀ ਬੱਚਾ ਤੇ ਬੱਚਾ ਬੱਚਾ ਦੇ ਦਿਮਾਗ ਤੇ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਹ ਕੌਮ ਜਿਹੜੀ ਇਕੱਠੇ ਹੋ ਕੇ ਕਹਿੰਦੀ ਹੈ, ਬਾਹਰ ਇੱਕ ਕੌਮ ਹੈ ਦੁਨੀਆ ਦੀ ਪਹਿਲੀ ਜਿਹੜੀ ਕਹਿੰਦੀ ਤੇਰੇ ਭਾਣੇ ਸਰਬੱਤ ਦਾ ਭਲਾ, ਅੱਜ ਉਹ ਕੌਮ ਸਕਾ ਭਰਾ ਲਾਜ ਦੇ ਵੱਸ ਹੋ ਕੇ ਸਕੇ ਭਰਾ ਦੀ ਵਿਰੋਧਤਾ ਵਿੱਚ ਖੜਾ ਹੋ ਗਿਆ। ਕਿਸੇ ਧੀ ਨੂੰ ਜਿੰਨਾ ਰਿਸ਼ਤਾ ਹੁੰਦਾ ਜਾਂ ਮੁੰਡੇ ਨੂੰ ਰਿਸ਼ਤਾ ਹੁੰਦਾ ਤੇ ਉਹਦਾ ਸਕੇ ਬੰਦੇ ਦੀ ਭਾਣੀ ਮਾਰ ਕੇ ਰਿਸ਼ਤਾ ਦਰਾਂ ਨੂੰ ਤਿਆਰ ਹੋ ਗਿਆ ਕਿ ਇਹਦੀ ਲੜਕੀ ਕਿਤੇ ਚੰਗੇ ਘਰ ਚਲੇ ਨਾ। ਜਿਹੜਾ ਵੀ ਕਿਸੇ ਦਾ ਪੂਰਾ ਕਰੂਗਾ ਉਹਦਾ ਕਦੇ ਵੀ ਭਲਾ ਨਹੀਂ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਬਣਾ। ਜੋ ਚੀਜ਼ ਦਓਗੇ ਉਹੀ ਲਓਗੇ। ਜੇ ਤੁਸੀਂ ਕਿਸੇ ਨੂੰ ਗਾਲੀ ਦਓਗੇ ਤਾਂ ਕੀ ਲਓਗੇ? ਗਾਲੀ ਹੀ ਲਓਗੇ। ਜੇ ਤੁਸੀਂ ਕਿਸੇ ਨੂੰ ਗੁੱਸਾ ਦਓਗੇ ਤੇ ਕੀ ਲਾਉਂਗੇ? ਗੁੱਸਾ ਹੀ ਲਾਉਂਗੇ। ਪਹਿਲਾਂ ਦਓਗੇ ਫਿਰ ਲਾਉਂਗੇ। ਡੂ ਰਿਸਪੈਕਟ, ਇੱਜ਼ਤ ਕਰੋ ਤੇ ਇੱਜ਼ਤ ਕਰਾਓ। ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰ, ਮੈਂ ਆਪਣੀ ਮੈਨੂੰ ਕੋਈ ਕਥਾ ਨਹੀਂ ਕਹਿ ਸਕਦੀ। ਇਹ ਰੋਣ ਕਲਾਟ ਜਿਸ ਤੁਹਾਨੂੰ ਹਜੇ ਵੀ ਮਾੜੀ ਮੋਟੀ ਕੁਛ ਤੁਸੀਂ ਇਕੱਠੇ ਹੋ ਜਾਓ,
ਮੇਰੇ ਗੁਰੂ ਦੇ ਬਚਨਾਂ ਨੂੰ ਯਾਦ ਕਰਾਂ ਹੋਏ ਅਗਤ ਜੇ ਤੁਹਾਨੂੰ ਆਖੇ ਸੰਤ ਫਲਾਣਾ ਪਾੜਦਾ ਇਹਦਾ ਮਤਲਬ ਅਸੀਂ ਬੁੱਧੂ ਹਾਂ ਵੀ ਸਾਨੂੰ ਪਾੜਦਾ ਗੁਰੂ ਸਾਨੂੰ ਜੋੜਦਾ ਤੇ ਉਹ ਬੰਦਾ ਕਿੱਥੋਂ ਆ ਗਿਆ ਜਿਹੜਾ ਸਾਨੂੰ ਪਾੜਨ ਵਾਲਾ ਆ ਗਿਆ ਸਾਡੇ ਅੱਗੇ ਆਪਣੇ ਪਿੰਡਾਂ ਵਿੱਚ ਬੈਠੇ ਹੋਈਏ ਸਵੇਰੇ ਹਰ ਕੁੜੀ ਤੇ ਮੁੰਡਾ ਖੜੇ ਨਹੀਂ ਪਹੁੰਚ ਸਕਣਾ ਪਿਆਰ ਪਰ ਪਿਆਰ ਹੋਣਾ ਪਤਾ ਨਹੀਂ ਜ਼ਿੰਦਗੀ ਕਿੰਨੀ ਰਹਿ ਗਈ ਕਿੰਨੀ ਨਹੀਂ ਰਹਿ ਗਈ ਜੇ ਅਜੇ ਅੱਖਾਂ ਨੀਆਂ ਹੋ ਜਾਣ ਤਾਂ ਅਸੀਂ ਕਦੇ ਵੀ ਮੁੜ ਕੇ ਗੁਰੂ ਦੇ ਦਰਸ਼ਨ ਮੈਂ ਦੇਖਿਆ ਮੇਰੇ ਕੋਲ ਅੰਨੀ ਇੱਕ ਬੇਟੀ ਹੈ ਉਹ ਆਉਂਦੀ ਇੱਕ ਵਾਰ ਮੈਨੂੰ ਗੁਰੂ ਪਾਤਸ਼ਾਹ ਅੱਖਾਂ ਦੇ ਦੇਣ ਮੈਨੂੰ ਪਹਿਲਾਂ ਨਹੀਂ ਸੀ ਪਤਾ ਅੱਖਾਂ ਕੀ ਹੁੰਦੀਆਂ ਨੇ ਹੁਣ ਮੈਂ ਇੱਕ ਵਾਰ ਅੱਖਾਂ ਦੇ ਦੇਣਾ ਗੁਰੂ ਜੀ ਦੇ ਇੱਕ ਵਾਰ ਮੈਨੂੰ ਅੱਖਾਂ ਦੇ ਕੇ ਮੈਂ ਗੁਰੂ ਦਰਸ਼ਨ ਦੇ ਦਰਸ਼ਨ ਕਰ ਲਵਾਂ ਮੇਰੀ ਅੱਖਾਂ ਫੇਰ ਬੰਦ ਉਹ ਤਾਲਾ ਲੈ ਰਹੀ ਤੇ ਤੁਸੀਂ ਅੱਖਾਂ ਨਾਲ ਪੁੱਛੇ ਕਿਉਂ ਕਰਦੇ ਇਸ ਕਰਕੇ ਅੱਜ ਮੈਨੂੰ ਲੋੜ ਹੈ ਇਹਨਾਂ ਗੱਲਾਂ ਦੀ ਇੱਕ ਮੁੰਡਾ ਜੇ ਤੁਹਾਡਾ ਵਿਗੜ ਗਿਆ ਵੱਡੀ ਕੋਠੀ ਦੀ ਕੋਈ ਕੀਮਤ ਨਹੀਂ ਰਹਿਣੀ ਇੱਕ ਮੁੰਡਾ ਤੁਹਾਡਾ ਸੰਗਤ ਦੇ ਥੱਲੇ ਆ ਗਿਆ ਫੜੀ ਕੀਤੀ ਹੋਈ ਜੋੜੀ ਹੋਈ ਮਾਇਆ ਕਿਸੇ ਕੰਮ ਨਹੀਂ ਆਣੀ ਇੱਕ ਪਾਸੇ ਜੇ ਮੁਹੱਬਤ ਕਰਮੋ ਹੈ ਕਰਮਾ ਪਿਤਰੀ ਦੇ ਅੱਗੇ ਬਸ ਸਰਾਣੀਆਂ ਪਿਤਰੀ ਚੋਰ ਕਰੇ ਦੂਜੇ ਪਾਸੇ ਹੈਗਾ ਜਿਸ ਸਿਮਰਨ ਸਕਿਲ ਵਿੱਚ ਨਸ ਹੈ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੋਂ ਸਾਥੀ ਜਾਪੋ ਜਾ ਕਾ ਅੰਤ ਨਾ ਹਾਰੋ ਦੋਏ ਗੱਲਾਂ ਨੋਟ ਕਰੋ ਇਸ ਕਰਕੇ ਮੈਂ ਹੁਣ ਦਿਨੇ ਦੀ ਦੋ ਦਿਨ ਕਈ ਥੱਕ ਗਿਆ ਨਾ ਬੁੱਢਾ ਬੰਦਾ ਹੋਇਆ 70 ਸਾਲ ਹੁੰਦੇ ਸੱਤਰਾਂ ਕਾ ਮਤਹੀਣ 80ਾਂ ਕਾ ਵਿਹਾਰ ਭਾਵੇ ਨੱਬੇ ਕਾ ਸਹਿਜਾ ਸਹਿਣੀ ਹੁੰਦਾ ਤੇ ਇਹੋ ਤੁਹਾਡੇ ਚਰਨਾਂ ਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਲੋਕੋ ਪਹਿਲਾਂ ਇੰਨੀ ਗੱਲ ਨਾ ਨਹੀਂ ਸਾਧਨਾ ਵੀ ਸਾਧ ਇੱਕ ਸਮਾਗਮ ਕਰਾ ਲਓ ਜਾਂ ਕਿਸੇ ਬਾਬਾ ਦੀ ਨੂੰ ਸੱਦ ਲਓ ਉਹ ਬਾਬਾ ਦੋ ਕਿਸਮ ਦਾ ਬਾਬਾ ਆ ਇੱਕ ਬਾਬਾ ਹੋਇਆ ਜਿਹਨੂੰ ਡੈਕਲਰੇਸ਼ਨ ਦੀ ਬਹੁਤ ਲੋੜ ਹੈ ਇੰਨਾ ਬੋਰਡ ਲੱਗੇ ਹੁਣ ਉੱਥੇ ਲੱਖਾਂ ਕਰੋੜਾਂ ਰੁਪਇਆ ਕੌਮ ਦਾ ਇਹਨਾਂ ਗੱਲਾਂ ਵਿੱਚ ਖਰਚ ਕਰੋੜਾਂ ਰੁਪਇਆ ਡੈਕੋਰੇਸ਼ਨ ਤੇ ਗੁਰਦੁਆਰੇ ਵਿੱਚ ਲੜਕੀਆਂ ਦੇ ਨਾਲ ਕਰ ਕਰਨ ਗੁਰਦੁਆਰੇ ਦੇ ਨਾਲ ਲੱਗੇ ਹੱਲ ਬਣਾਉਣ ਦੇ ਔਰ ਗੁਰਦੁਆਰਾ ਸਮੇਂ ਅਨੁਸਾਰ ਸਿਚੁਏਸ਼ਨ ਅੱਛੀ ਹੋਏ ਪਾਰਕਿੰਗ ਹੋਏ ਤੇ ਨਾਲ ਨਾਲ ਉੱਥੇ ਇੱਕ ਚੰਗਾ ਗ੍ਰੰਥੀ ਸਿੰਘ ਜਿਵੇਂ ਇੱਕ ਘਰ ਜਨਾਨੀ ਤੋਂ ਬਿਨਾਂ ਨਹੀਂ ਚੱਲ ਸਕਦਾ ਇੱਥੇ ਗੁਰਦੁਆਰਾ ਸਾਹਿਬ ਗ੍ਰੰਥੀ ਸਾਹਿਬ ਤੋਂ ਬਿਨਾਂ ਚੱਲ ਨਹੀਂ ਸਕਦਾ ਉਹਦੀ ਫੰਕਸ਼ਨ ਹੈ ਉਹਨਾਂ ਕਲਾਸ ਲਾਣੀ ਐਪ ਵਾਲੀ ਉਹਨੂੰ ਇੱਕ ਸਪੈਸ਼ਲ ਤੌਰ ਤੇ ਕਮਰੇ 'ਚ ਇੱਕ ਇੰਡੀਵਿਜੁਅਲ ਆਪਣੀ ਲਾਈਫ ਉਚੀਤ ਕਰਨੀ ਚਾਹੀਦੀ ਹੈ ਉਹ ਆਪਣੇ ਆਪ ਨੂੰ ਗੁਰੂ ਦਾ ਵਜ਼ੀਰ ਸਮਝੇ ਉਹ ਆਪਣੇ ਆਪ ਨੂੰ ਪਿੰਡ ਦਾ ਉਹ ਬੰਦਾ ਨਾ ਸਮਝੇ ਉਹ ਕਹੇ ਮੈਨੂੰ ਗੁਰੂ ਪਾਤਸ਼ਾਹ ਨੇ ਸੇਵਾ ਦਾ ਸਮਾਂ ਬਖਸ਼ਿਆ ਨਿਤਨੇਮ ਕਰੀਏ ਗੁਰਦੁਆਰੇ 'ਚ ਬੈਠਾ ਜਦੋਂ ਵੀ ਕੋਈ ਧਰਮ ਦਾ ਕਾਰਜ ਹੈ ਉੱਥੇ ਸਭ ਤੋਂ ਅੱਗੇ ਹੋਏ ਲੋਕਾਂ ਨੂੰ ਲੀਡ ਕਰੇ ਧਰਮ ਦੇ ਧੁਜਾ ਬਣ ਕੇ ਰਹੇ ਗ੍ਰੰਥੀ ਸਿੰਘ ਉਹਦਾ ਸਤਿਕਾਰ ਕਰੀਏ ਉਹਦੇ ਸਰਟੀਫਿਕੇਟ ਹੋਣਾ ਚਾਹੀਦਾ ਉਹਦੀ ਯੋਗਤਾ ਹੋਣੀ ਕਿਉਂਕਿ ਇੰਟਰਵਿਊ ਹੋਣੀ ਚਾਹੀਦੀ ਉਹਦੀ ਚੰਗੀ ਸੈਲਰੀ ਕੋਈ ਵੀ ਸਿੱਖਾਂ ਦਾ ਮੁੰਡਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਇਸ ਬਾਤ ਦਾ ਜਿਹੜੀ ਕੌਮ ਜਿਹੜੀ ਕੌਮ ਦਾ ਗ੍ਰੰਥੀ ਕੋਈ ਬਣਨ ਨੂੰ ਤਿਆਰ ਨਹੀਂ ਹੈ ਉਹ ਕੌਮ ਕਿਵੇਂ ਲੰਮੇ ਚਿਰ ਤੱਕ ਰਹਿ ਸਕੀ ਕਿਹੜਾ ਵਿਦਿਆਰਥੀ ਆ ਕੇ ਗ੍ਰੰਥੀ ਲੱਗੂਗਾ ਕੌਣ ਬੰਦਾ ਇੱਥੇ ਗ੍ਰੰਥੀ ਲੱਗੂਗਾ ਇਹ ਖਾਸ ਪੁਆਇੰਟ ਸੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਵਧੀਆ ਗੁਰਦੁਆਰਾ ਸਾਹਿਬ ਹੋਏ ਗੁਰਦੁਆਰੇ ਦੀ ਗੋਲ ਵਿੱਚ ਪਿੰਡ ਦਾ ਪੈਸਾ ਇਕੱਠਾ ਕਰ ਦਿੱਤਾ ਜਾਏ
ਮੈਂ ਪਤਾ ਲੱਗਿਆ ਪਿੰਡ ਚ ਥੋੜਾ ਜਿਹਾ ਪਹਿਲੇ ਕੁਛ ਮੇਰੇ ਵੀਰਾਂ ਦਾ ਰਹਿਤ ਹੈ, ਨਸ਼ਾ ਘੱਟ ਹੈ, ਫਿਰ ਵੀ ਮੈਂ ਛੋਟੀ ਜਿਹੀ ਬੇਨਤੀ ਕਰਾਂ। ਆਹ ਵਿਚਾਰਾ ਇੱਕ ਗਰੀਬ ਜਿਹਾ ਇੱਥੇ ਬੈਠਾ ਸੀ, ਨਸ਼ਾ ਪੀਤਾ ਸੀ, ਮੈਂ ਗਲੀ ਬੈਠਾ ਸੀ। ਚਲੋ ਇਹਨਾਂ ਨੂੰ ਵਿਚਾਰਿਆਂ ਦੀ ਬੁੱਧੀ ਗੇਨ ਹੁੰਦੇ, ਉਹਨਾਂ ਨੂੰ ਪਤਾ ਨਹੀਂ ਜਿਹੜੇ ਘਰ ਵਿੱਚ ਵੀ ਨਸ਼ਾ ਚੱਲੂਗਾ ਉਸ ਘਰ ਵਿੱਚ ਕਦੇ ਵੀ ਪੈਸਾ ਜਮਾ ਨਹੀਂ ਹੋਏਗਾ। ਜਿਹੜੇ ਘਰ ਚ ਵੀ ਨਸ਼ਾ ਆਊਗਾ, ਕੋਈ ਵੀ ਨਸ਼ਾ, ਉਸ ਬੰਦੇ ਦੀ ਨਸ਼ੇ ਪੀਣ ਵਾਲੇ ਦੀ ਇੱਜ਼ਤ ਕਦੇ ਵੀ ਬਰਕਰਾਰ ਨਹੀਂ ਰਹੇਗੀ। ਨੰਬਰ 3, ਜਿਹੜਾ ਵੀ ਬੰਦਾ ਨਸ਼ਾ ਪੀਊਗਾ ਉਹਦੀ ਸਿਹਤ ਕਦੇ ਵੀ ਲੰਮੀ ਉਮਰ ਸਿਹਤਮੰਦ ਨਹੀਂ ਰਹੂਗਾ। ਨੰਬਰ 4, ਜਿਹੜਾ ਵੀ ਬੰਦਾ ਨਸ਼ਾ ਪੀਊਗਾ ਉਹਦੀ ਘਰ ਵਿੱਚ ਕਦੇ ਵੀ ਸੁੱਖ ਸ਼ਾਂਤੀ ਦੀ ਹਵਾ ਨਹੀਂ ਚੱਲੇ, ਉਹਦੀ ਅਦਲ ਪ੍ਰਿਸ਼ ਹੋਏ ਰਹੇ। ਇਸ ਕਰਕੇ ਆਪਣੇ ਚਰਨਾਂ 'ਚ ਬੇਨਤੀ ਹੈ, ਸਿੱਖ ਰਹਿ ਮੇਰੇ ਵਾਲੇ ਸਾਰੇ ਨਸ਼ਿਆਂ ਦੀ ਸਾਨੂੰ ਮਦਾਈ ਕੀਤੀ ਹੋਈ ਮਦਾਈ ਕੀਤੀ ਹੈ, ਕੇਵਲ ਗਾਲ ਪ੍ਰਸ਼ਾਦੇ ਦਾ ਨਸ਼ਾ ਲੈਣ ਦੀ ਸਾਨੂੰ ਇਜਾਜ਼ਤ। ਅਗਲੀ ਬੇਨਤੀ ਹੈ, ਗੋਲਕ ਪੈਸਾ ਇਕੱਠਾ ਕਰੋ, ਕਿਸੇ ਬਾਬੇ ਦੇ ਡੇਰੇ 'ਤੇ ਨਾ ਜਾਣ ਦਿਓ, ਕਿਸੇ ਕਬਰ 'ਤੇ ਨਾ ਜਾਣ ਦਿਓ, ਕਿਸੇ ਹੋਰ ਡਾਕਟਰ ਤੋਂ ਕੋਲ ਨਾ ਜਾਣ ਦਿਓ। ਜੇ ਤੁਸੀਂ ਰੋਜ਼ ਫਿਜੀਕਲ ਐਕਸਰਸਾਈਜ਼ ਕਰੋ, ਖਾਣ ਦੇ 4 ਫੈਕਟਰ ਬਣਾ ਕੇ ਰੱਖੋ, ਥੋੜ੍ਹਾ ਖਾਓ, ਸਾਦਾ ਖਾਓ, ਨਾਲ ਨਾਲ ਪੌਸ਼ਟਿਕ ਖਾਓ ਜਿਹਦੇ 'ਚ ਪ੍ਰੋਟੀਨ, ਕਾਰਬੋਹਾਈਡਰੇਟ ਸਾਰੇ ਤੱਤ ਮੌਜੂਦ ਹੋਣ। ਥੋੜ੍ਹਾ ਮਤਲਬ ਜੇ 3 ਰੋਟੀਆਂ ਖਾਣੀਆਂ ਤਾਂ 2 ਰੋਟੀਆਂ ਖਾ ਕੇ ਬਸ ਕਰ ਦਿਓ, ਇਹ ਹੈ ਥੋੜ੍ਹਾ। ਹਲਕਾ ਖਾਓ, ਹਲਕੇ ਦਾ ਮਤਲਬ ਤਲਿਆ ਬਹੁਤਾ ਫਰਾਈ ਕੀਤਾ ਚੀਜ਼ਾਂ ਨਾ ਖਾਓ। ਅੱਗੇ ਹੈਗਾ ਹਲਕਾ ਵੀ ਹੋ ਗਿਆ, ਥੋੜ੍ਹਾ ਵੀ ਹੋ ਗਿਆ, ਪੌਸ਼ਟਿਕ ਵੀ ਹੋ ਗਿਆ। ਅੱਗੇ ਹੈਗਾ ਸਾਦਾ, ਸਾਦੇ ਦਾ ਮਤਲਬ ਬਹੁਤਾ ਉਹਨੂੰ ਚਟਕੀਲਾ ਮਸਾਲੇ ਮਸੂਲੇ ਕਈ ਏਦਾਂ ਦੇ ਸਵਾਦ ਕੇ ਨਾ ਪਾਓ, ਇਹ ਨਾ ਪੀਜੇ ਖਾਓ, ਇਹ ਨਾ ਗੋਲ ਗੱਫੇ ਖਾਓ, ਨਾ ਟਿੱਕੀਆਂ ਖਾਓ। ਫਰੀਦਾ ਰੁਖੀ ਮਿਸੀ ਖਾਏ ਕਰ, ਠੰਡ ਰੁਖੀ ਸੁਖੀ ਖਾਏ ਕਰ, ਠੰਡਾ ਪਾਣੀ ਦਰਗਾਹ ਦਾ ਪੈਸਾ ਨਾ ਖਾਓ।
ਦੂਜਾ ਤੁਹਾਨੂੰ ਹੰਕਾਰੀ ਬਣਾ ਦੂਗਾ ਇੱਥੇ ਕਿ ਤੁਹਾਡੀਆਂ ਜਿਹੜੀ ਬੁੱਧੀ ਦਾ ਲੈਵਲ ਖਰਾਬ ਕਰਕੇ ਪੈਸਾ ਦਓ ਜਿਨ ਬਿਣ ਲੰਦਾ ਜਗ ਖਾਇਆ ਹੈ ਉਹ ਮਾਇਆ ਤੇ ਇੱਕ ਪਾਸਾ ਮਾਇਆ ਸਫਲੀ ਹੋ ਇਸ ਕਰਕੇ ਬੇਬੋਲ ਕੇ ਬਾਰੇ ਬੇਨਤੀ ਕਰ ਦਿੱਤੀ ਹੈ ਗ੍ਰੰਥੀ ਸਿੰਘ ਬਾਰੇ ਵੀ ਮੈਨੂੰ ਪਤਾ ਜੇ ਮੈਂ ਖਾਣਾ ਕੇ ਕੰਮ ਤੋਂ ਕੇ ਪਾਣੀ ਹੈ ਇਹ ਹਲੇ ਐਡੀ ਛੇਤੀ ਗੱਲ ਵਿਗੜੀ ਜਿਹੜੀ ਹੈ ਉਹ ਐਡੀ ਛੇਤੀ ਸੁਧਰ ਨਹੀਂ ਹਾਂ ਗੁਰੂ ਭਾਣਾ ਕੋਈ ਵਰਤਾ ਦੇਵਾ ਕੁਛ ਕੁਛ ਜਿਹੜੇ ਕਹਿੰਦੇ ਨੇ ਖੁਆਰ ਹੋਏ ਸਭ ਇਹ ਖੁਆਰ ਹੋਏ ਨੇ ਨਹੀਂ ਮੈਨੂੰ ਪਿਆਰ ਹੋਏ ਕੁਛ ਪਤਾ ਹੁਣ ਇਹ ਹੈ ਖੁਆਰੇ ਹੋ ਗਏ ਵੈਸੇ ਇਹਦੇ ਕੋਈ ਸ਼ੱਕ ਨਹੀਂ ਪਰ ਹਜੇ ਵੀ ਮੈਨੂੰ ਪਿਆਰ ਨਹੀਂ ਯਾਰ ਹੋ ਇੱਥੇ ਆਨੰਦ ਕਾਰਜ ਕੀਤੇ ਜਾਣ ਭੁੱਲੇ ਰਹਿ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਾਇਆ ਜਾਏ ਮੇਰੀ ਕੌਮ ਚ ਬਹੁਤ ਲੋਕ ਗਰੀਬ ਬੈਠੇ ਨੇ ਗਰੀਬ ਨੇ ਧੀ ਘਰੋਂ ਫੜਨੀ ਹੈ ਅਮੀਰ ਨੇ ਨੀ ਧੀ ਘਰੋਂ ਫੜਨੀ ਅਮੀਰ ਅੱਗੇ ਹਜੇ ਘਰੋਂ ਫੜਨਾ ਪਹਿਲਾ ਸਟੈਪ ਹੈ ਫਿਰ ਕੋਰਟ ਵਿੱਚ ਕੇਸ ਲੜਨਾ ਅਗਲਾ ਸਟੈਪ ਸ਼ੁਰੂ ਹੋਇਆ ਅੱਜ ਤੋਂ 60 ਸਾਲ ਪਹਿਲਾਂ ਕਦੇ ਵੀ ਸਾਡੀ ਜਨਾਨੀ ਅਸੀਂ ਕਿਸੇ ਨਾਲ ਛੱਡੀ ਨਾ ਅਸੀਂ ਬਹੁਤਾਂ ਨੂੰ ਦੇਖਿਆ ਉਹਦਾ ਕੱਦ ਨਹੀਂ ਪੁੱਛਿਆ ਉਹਦੀ ਕੋਈ ਪੜ੍ਹਾਈ ਨਹੀਂ ਪੁੱਛੀ ਜਿੱਥੇ ਵੀ ਸਾਡਾ ਦੋ ਕੁ ਬੰਦੇ ਫੁਹਾਰੇ ਰੱਖੀ ਦੇ ਸੀ ਇੱਕ ਅੱਧਾ ਵਿਆਹੀਦਾ ਸੀ ਤੇ ਚਾਰ ਚਾਰ ਛੇ ਛੇ ਸਾਡੇ ਬੰਦੇ ਹੁੰਦੇ ਸੀ ਤੇ ਸੋਹਣੀਆਂ ਸਾਡੀਆਂ ਰੀਲ ਲੌੜ ਹੁੰਦੀ ਸੀ ਇੱਕ ਅੱਧਾ ਵਿਆਹਣਾ ਜਾਂ ਦੋ ਵੱਧ ਤੋਂ ਵੱਧ ਵਿਆਹ ਲੈਣਾ ਤੇ ਇੱਕ ਦੋ ਵਿਚਾਰੇ ਘਰਾਂ ਦੇ ਕੰਮ ਨੂੰ ਮਾਰੇ ਕੋਈ ਰਬੜਦਾ ਪੜ੍ਹਾ ਲੈਣਾ ਹੈ ਤਾਂ ਕੰਮ ਕਰਦੇ ਹੁੰਦੀ ਸੀ ਪਰ ਅੱਜ ਸਾਡਾ ਇੱਕ ਮੁੰਡਾ ਆਇਆ ਉਹ ਮੁੰਡਾ ਨਾ ਗਾ ਤੁਹਾਡੀਆਂ ਚਾਚੀਆਂ ਨਾ ਤੁਹਾਡੀਆਂ ਮਾਸੀਆਂ ਨਾ ਤੁਹਾਡੀਆਂ ਭੂਈਆਂ ਨਾ ਤੁਹਾਡੇ ਤਾਏ ਤੇ ਇੱਕ ਇੱਕ ਮੁੰਡਾ ਪਤਾ ਨਹੀਂ ਉਹਦੀ ਪ੍ਰੋਡਕਸ਼ਨ ਹੋਣੀ ਵੀ ਹੈ ਨਹੀਂ ਹਰ ਚੀਜ਼ ਦੀ ਸਾਨੂੰ ਲੋੜ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਗੁਰਦੁਆਰੇ ਵਿੱਚ ਆਨੰਦ ਕਾਰਜ ਕਰੋਗੇ ਤੇ ਗੁਰਦੁਆਰੇ 'ਚ ਕਦੇ ਵੀ ਭੰਗੜਾ ਨਹੀਂ ਪਏਗਾ ਇੱਥੇ ਕਦੇ ਵੀ ਕੁੱਕੜ ਕਦਲ ਬੰਦੇ ਝਟਕਾਏ ਗੁਰਦੁਆਰੇ ਵਿੱਚ ਕੋਈ ਹੋਰ ਮੇਰਾ ਵਰਗ ਝਟਕਾ ਦੇ ਹਜ਼ੂਰ ਸਾਹਿਬ ਦਾ ਮੈਂ ਕਿਸੇ ਨੂੰ ਨਹੀਂ ਕਹਿ ਸਕਦਾ ਪਰ ਸਾਡੇ 'ਚ ਹਜੇ ਗੁਰੂ ਪਾਤਸ਼ਾਹ ਦੀ ਰਹਿਮਤ ਹੈ ਦਰਬਾਰ ਸਾਹਿਬ ਵਿੱਚ ਹਜ਼ੂਰ ਫਡੂਰ ਸਾਹਿਬ ਵਿੱਚ ਜਾਂ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਜਾਂ ਸ੍ਰੀ ਤਰਨ ਤਾਰਨ ਸਾਹਿਬ ਕਦੇ ਵੀ ਗੁਰਦੁਆਰੇ 'ਚ ਭੰਗੜਾ ਝਟਕਾਇਆ ਨਹੀਂ ਜਾਂਦਾ ਨਾ ਸਾਡੇ ਪਿੰਡਾਂ 'ਚ ਗੁਰਦੁਆਰੇ 'ਚ ਆਨੰਦ ਕਾਰਜ ਕਰਨ ਦਾ ਇਹ ਵਿਸ਼ੇਸ਼ਤਾ ਹੈ ਉੱਥੇ ਭਾਂਡੇ ਪਰਮ ਖਰੀਦਣ ਦੀ ਲੋੜ ਨਹੀਂ ਤੁਹਾਡਾ ਪੈਸਾ ਕਾਫੀ ਮਿਲੂਗਾ ਪੱਕੇ ਲੰਗਰ ਹੱਥ ਲੱਗੇ ਹੋਣ ਤੇ ਉੱਥੇ ਲੜਕੀ ਤੋਰ ਦਈ ਹੈ ਇੱਥੇ ਆਪਣੇ ਬਜ਼ੁਰਗ ਦਾ ਸਹਿਜ ਪਾਠ ਘਰੇ ਰੱਖੀਏ ਸਿੱਖ ਰਹਿਤ ਮਰਿਆਦਾ ਦਾ ਹਰ ਬੱਚੀ ਤੇ ਬੱਚੇ ਦੀ ਕਲਾਸ ਲਾ ਕੇ ਵੱਧ ਤੋਂ ਵੱਧ 32 ਪੇਜ ਦੇ ਰਹਿਤ ਮਰਿਆਦਾ ਦੇ ਹਰ ਸਿੱਖਾਂ ਦੀ ਕੁੜੀ ਨੂੰ ਸਿੱਖ ਦੀ ਫਰੀਕ ਦਾ ਪਤਾ ਹੋਣਾ ਚਾਹੀਦਾ ਵੀ ਸਿੱਖ ਕੌਣ ਹੁੰਦੇ ਨੇ ਕਿੱਦਾਂ ਸਿੱਖ ਬਣਦੇ ਨੇ ਇਹਨਾਂ ਦੀ ਰਹਿਤ ਕੀ ਹੈ ਇਹਨਾਂ ਦੀ ਪ੍ਰਹਿਤਾ ਕੀ ਨੇ ਹਰ ਮੁੰਡੇ ਨੂੰ ਪਤਾ ਹੋਣਾ ਚਾਹੀਦਾ ਫਿਰ ਅਸੀਂ ਕਹਾਂਗੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀ ਇਸ ਕੌਮ ਤੇ ਬੜਾ ਮਿਹਰ ਭਰਿਆ ਹੱਥ ਬੜਿਆ ਰਹੇ ਤੇ ਸਾਡੇ ਪਿੰਡਾਂ ਵਿੱਚ ਅਸੀਂ ਸਾਰਿਆਂ ਦਾ ਭਲਾ ਸੋਚਣ ਵਾਲੇ ਲੋਕ ਸਭ ਤੋਂ ਪਹਿਲਾਂ ਆਪਣਾ ਭਲਾ ਨਾਮ ਲੈ ਕੇ ਕਰੀਏ ਪੰਜਾਂ ਪਿਆਰਿਆਂ ਤੋਂ ਉਹਦੀ ਕਮਾਈ ਕਰੀਏ ਫਿਰ ਜਦੋਂ ਤੁਸੀਂ ਆਪਣਾ ਭਲੇ ਬਾਰੇ ਕਰੋਗੇ ਨਾਮ ਜਪ ਜਪ ਕੇ ਫਿਰ ਤੁਹਾਡੇ ਕੋਲ ਸੁਧੇ ਸਿੱਧ ਹੀ ਪਬਲਿਕ ਦਾ ਭਲਾ ਹੋਣਾ ਸ਼ੁਰੂ ਇਸ ਸੈਨਿਕ ਬੇਨਤੀ ਦਾ ਪ੍ਰਵਾਨ ਕਰਦੇ ਹੋਏ ਦਾਸ ਰਾਤ ਦੇ ਸਾਂਝ ਪਾਓ ਹੋਰ ਕੀ ਤੁਸੀਂ ਲੜੀ ਹਾਂ ਅਜੋਕੇ ਸਮੇਂ 'ਚ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਿ ਹੁਣ ਤੁਹਾਡੀਆਂ ਫਿਰ ਇਲੈਕਸ਼ਨਾਂ ਆਉਣੀਆਂ ਇਹ ਲੋਕਾਂ ਨੇ ਤੁਹਾਨੂੰ ਬੁੱਧੂ ਬਣਾਉਣਾ ਸ਼ਰਾਬ ਪਿਆਲ ਪਾ ਕੇ ਤੁਹਾਨੂੰ ਸਰਪੰਚ ਲੈਣੀ ਬੇਈਮਾਨ ਲੋਕ ਨੇ ਇਹਨਾਂ ਦੀ ਕੌਮ ਪ੍ਰਤੀ ਕੋਈ ਭਾਰਤ ਨਿਸ਼ਠਾ ਨਹੀਂ ਸਮਾਜ ਦੀ ਸੇਵਾ ਵਾਸਤੇ ਇਹਨਾਂ ਜਿਹੜੇ ਅੱਗੇ ਆਉਣ ਵਾਲੇ ਬੰਦੇ ਇਹਨਾਂ ਨੇ ਕਦੇ ਵੀ ਸਮਾਜ ਦੀ ਸੇਵਾ ਦਾ ਜਦੋਂ ਬਣਨਾ ਹੁੰਦਾ ਉਦੋਂ ਬੜੇ ਹੱਥ ਜੋੜਦੇ ਸਭ ਕੁਛ ਕਰਾਂਗੇ ਸਭ ਕੁਛ ਕਰਾਂਗੇ ਸੌਂ ਵੀ ਚੁੱਕ ਲੈਂਦੇ ਨੇ ਮੇਰੇ ਮੁੱਖ ਮੰਤਰੀ ਸਾਹਿਬ ਸੌਂ ਵੀ ਚੁੱਕ ਲੈਂਦੇ ਨੇ ਮਨਿਸਟਰ ਵੀ ਸੌਂ ਚੁੱਕਦੇ ਨੇ ਕਿ ਅਸੀਂ ਦੇਸ਼ ਦੀ ਸੇਵਾ ਤਨਦੇਹੀ ਨਾਲ ਕਰਾਂਗੇ ਪਰ ਉਦੋਂ ਹੀ ਇੱਕ ਦੂਜੇ ਨੂੰ ਲੜਾਉਣਾ ਇੱਕ ਦੂਜੇ ਨੂੰ ਫਸਾਉਣਾ ਇਹ ਕੰਮ ਸ਼ੁਰੂ ਹੋ ਜਾਂਦੇ ਬਲੈਕ ਮੇਲ ਕਰਨੀ
ਬੀਸੀ ਕੋਲੋਂ ਪੈਸੇ ਲੈਣੇ, ਐਸਐਸਪੀ ਕੋਲੋਂ ਪੈਸੇ ਲੈਣੇ, ਇੱਥੋਂ ਤੱਕ ਵੀ ਚਲੇ ਗਏ ਜਿਹੜੇ ਮੰਡੀਆਂ ਵਿੱਚ ਪੱਲੇਦਾਰ ਨੇ ਉਹਨਾਂ ਕੋਲੋਂ ਵੀ ਪੈਸੇ ਲੈਣੋਂ ਬਾਅਦ ਨਹੀਂ ਹੱਕ ਪਰਾਇਆ ਨਾਨਕਾ ਉਸ ਨੂੰ ਸਿਖਾਏ। ਅਸੀਂ ਤਾਂ ਬੇਨਤੀ ਕਰਦੇ ਹਾਂ ਪ੍ਰਭੋ ਤੁਹਾਡੇ ਚ ਤਾਕਤ ਹੈ, ਮੈਨੂੰ ਦੁੱਖ ਹੋ ਕੇ ਕਹਿਣਾ ਪੈਂਦਾ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਅਸੀਂ ਗਵਰਨਮੈਂਟ ਸਰਵੈਂਟ ਕਹਿੰਦੇ ਹਾਂ, ਇਹ ਮੁਲਾਜ਼ਮਾਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਪਰ ਉਲਟੀ ਬਾੜ ਖੇਤ ਕੋ ਖਾਈ, ਮੁਲਾਜ਼ਮ ਜਿਹੜੇ ਲੋਕਾਂ ਕੋਲੋਂ ਸੇਵਾ ਕਰਾ ਰਹੇ ਨੇ। ਰਿਸ਼ਵਤ ਦੇਣਾ ਵੀ ਪਾਪ ਦਾ ਤੇ ਰਿਸ਼ਵਤ ਲੈਣਾ ਵੀ, ਮਜਬੂਰ ਸਾਨੂੰ ਕੀਤਾ ਹੋਇਆ ਕਿ ਬਿਨਾਂ ਪੈਸੇ ਦੇਣ ਤੋਂ ਕੰਮ ਕਦੇ ਵੀ ਨਹੀਂ। ਸਰਕਾਰੀ ਹਦਾਇਤ ਹੱਥ ਤੁਹਾਡੇ ਕੋਲ ਬੜੀ ਤਾਕਤ ਹੈ, ਤੁਸੀਂ ਆਪਣੇ ਚੰਗੇ ਬੰਦੇ ਅੱਗੇ ਲਿਜਾ ਸਕਦੇ ਹੈ। ਸਭ ਤੋਂ ਪਹਿਲਾਂ ਤੁਸੀਂ ਖੁਦ ਚੰਗੇ ਬਣਨ ਦਾ ਯਤਨ ਕਰੋ, ਫਿਰ ਆਪਣੇ ਪਿੰਡ ਦਾ ਸਰਪੰਚ ਚੁਣਨ ਵਾਸਤਾ ਵੋਟਾਂ ਨਾ ਪਾਓ। ਮੈਂ ਤਾਂ ਅੱਗੇ ਦੁਖੀ ਹਾਂ ਕਿ ਹਿੰਦੂ ਧਰਮ ਦੀ ਕੋਈ ਜਥੇਬੰਦੀ ਚੁਣਨੀ ਤੇ ਬਿਨਾਂ ਵੋਟਾਂ ਤੋਂ ਚੁਣੀ ਜਾਣੀ ਹੈ, ਈਸਾਈ ਧਰਮ ਦੀ ਚੁਣਨੀ ਹੈ ਤੇ ਬਿਨਾਂ ਵੋਟਾਂ ਤੋਂ ਚੁਣਨੀ ਹੈ, ਤੇ ਮੁਸਲਮਾਨਾਂ ਦੀ ਜਮਾਤ ਦੀ ਚੋਣ ਹੋਣੀ ਹੈ ਤੇ ਭਾਰਤ ਵਿੱਚ ਕੋਈ ਵੋਟ ਨਹੀਂ ਪੈਣੀ, ਤੇ ਜੇ ਸਿੱਖਾਂ ਦਾ ਅਕਾਲੀ ਦਲ ਚੁਣਨਾ ਫਿਰ ਕਿੱਦਾਂ ਚੁਣਨਾ, ਉਹ ਕਿੱਦਾਂ ਚੁਣਨਾ ਵੀਰੋ? ਤੇ ਜੇ ਸਾਡੇ ਗੁਰਦਾਸਪੁਰ ਦੇ ਪੰਜ ਬੰਦੇ ਖੜ ਗਏ ਚੋਣਾਂ ਵਾਸਤੇ ਤੇ ਸਾਡੇ ਥੱਲੇ ਜਿਸੇ ਕਿਹਦੇ ਹੋਣੇ, ਅਸੀਂ ਇਕੱਠੇ ਹੋਵਾਂਗੇ ਕਦੇ? ਤੇ ਕੀ ਨਾ ਸਾਡੇ ਤੇ ਰੈਗੂਲੇਸ਼ਨ ਲਾਇਆ ਹੋਇਆ, ਸਾਡੇ ਕੌਮ ਵਿੱਚ ਗੁਰੂ ਪਾਤਸ਼ਾਹ ਜੇ ਕੀਤੀ ਹੈ ਤੇ ਇਲੈਕਸ਼ਨ ਨਹੀਂ ਹੋਈ ਸਿਲੈਕਸ਼ਨ ਹੋਈ ਭਾਰ ਫਿਰ ਤੇ ਅੱਗੇ। ਇਹ ਗੱਲ ਨਹੀਂ, ਇਹ ਨਹੀਂ ਕਿਹਾ ਤੇਰੇ ਮਗਰ ਤੇਰੇ ਬੰਦੇ ਨੇ ਤਾਂ ਗਿਆ, ਇਹ ਕਿਹਾ ਪਹਿਲਾਂ ਮਗਰ ਕਬੂਲ ਜੀਵਨ ਕੀ ਸਾਡਾ। ਅੱਜ ਤੁਹਾਨੂੰ ਸੁਚੇਤ ਹੋਣਾ ਚਾਹੀਦਾ, ਘੱਟੋ ਘੱਟ ਆਪਣੇ ਪਿੰਡ ਦਾ ਸਰਪੰਚ ਅਸੀਂ ਕਹਿੰਦੇ ਹਾਂ ਸਰਸੰਮਤੀ ਨਾਲ ਬਣਾਓ, ਪਿੰਡ 'ਚ ਬੇਤਫਾਕੀ ਨਾ ਕਰੋ, ਜਿੰਨਾ ਵੀ ਹੋ ਸਕਦਾ ਪਿੰਡ ਦਾ ਸਾਡਾ ਪਿੰਡ ਸਾਡਾ ਘਰ ਬਣ ਜਾਵੇ, ਸਾਡਾ ਪਿੰਡ ਸਾਡਾ ਦੇਸ਼ ਹੈ ਪਹਿਲ ਦੇ ਆਧਾਰ ਤੇ, ਸਾਡਾ ਪਿੰਡ ਹੀ ਸਾਡਾ ਸਾਰਾ ਕੁਛ ਹੈ। ਇਹ ਜੇ ਠੀਕ ਹੈ ਤੇ ਸਾਡੇ ਵਾਸਤੇ ਸਭ ਕੁਛ ਦੁਨੀਆਂ ਠੀਕ ਹੈ, ਜੇ ਸਾਡੇ ਪਿੰਡ ਦੇ ਮੁੰਡੇ ਵਿਗੜ ਗਏ ਕੁੜੀਆਂ ਵਿਗੜ ਗਈਆਂ ਤੇ ਕੰਮ ਕਹਿੰਦੇ ਵੀ ਠੀਕ ਤੁਹਾਡਾ ਨਹੀਂ ਹੋਣਾ, ਸਿਰ ਵਾਟਣਗੇ ਜੇ ਅੱਜ ਜਾਵਾਂਗੇ ਕੋਈ ਵੀ ਫਾਇਦਾ ਨਹੀਂ ਹੋਣਾ। ਸਰਪੰਚ ਸਰਬਸੰਮਤੀ ਨਾਲ ਚੁਣੋ, ਪਿੰਡ ਦੀ ਕੋਈ ਲੜਾਈ ਝਗੜਾ ਗੁਰਦੁਆਰੇ ਸੱਚ ਸੱਚ ਬੋਲ ਕੇ ਜਿੱਠੋ, ਉਹਨੂੰ ਟੈਕਸ ਲਾਣਾ ਬੋਝ ਵਿੱਚ ਪੈਸਾ ਪਵਾ ਦੋ, ਜੁਰਮਾਨਾ ਲਾ ਦੋ ਤੁਸੀਂ ਇਹਦੇ ਨਾਲ ਅੱਗੇ ਪਿੱਛੇ ਚਾਲ।